सतनाम वाहिगुरु साहिब जीओ, कृपा करो दीन के दाते, मेरा गुण अवगण ना विचारो कोई, माटी का क्या तोपे स्वामी, मानस की गत ही, त्यों बुलावे त्यों बोले स्वामी, कुदरत कबण हमारी, साधु संग नानक जस गायो, जो प्रभ की अत प्यारी, साधु संग नानक जस गायो, जो प्रभ की अत प्यारी, गुरु प्यार वालियो जी, अदब सत्कार नाल आखो जी, वाहिगुरु जी का खालसा, वाहिगुरु जी की फतेह। अपने आपे नूं कोखण वास्ते इतिहास रूपी बाबे कोल बैठ के आपां अपने पिछोकड़ दियां साडे बजुर्गां दे कीते होए उह चंगे कम जड़े माण बन जांदे ने, नाल ही उह कीतियां होईयां भुल्लां जिन्हां दा आउण वाले समें ने संताप भोगिया, उन्हां दी विचार आपां पिछलेरे कई दिनां तों करदे आ रहे। अज दी विचार आरंभ करनी चाहुंदे हां एक ओ दुखदाई घटनावां ने जिन्हां ने सिक्खी दे राह विच खड़ोत ही नहीं पाई, बल्कि सच करके जाणियो उन्हां ने बेअंत तरह दे तसीहे भी सिक्खी दे राह ते चलण वालियां नूं दित्ते। शुरुआत करिए गुरु घर दा महान योधा अकाली फूला सिंह, जिथे इन्हें महाराजा रणजीत सिंह नूं भी बहुत बारी कुराहे पे नूं राहे पाया सी, उथे जदों भी किते लोड़ पैंदी सी तां गुरु घर दे प्रबंध विच बिलकुल अटुट अपने वल्लों योगदान पाउंदे सन। निरंकार ने इहो जे योधे सूरमे नूं सिक्खी दे विहड़े विच 1823 तक खेडण दा मौका दिता। 1823 असल विच तरीक है, इस सन तक अकाली फूला सिंह संसार दे अंदर विचरदिया होया अपना आपा सिक्खी दे लई योगदान पाउंदे रहे। 1823 तो बाद ज्यों इन्हां योधियां दी डैथ हुंदी सी, मौत हुंदी सी, इह चढ़ाई करदे सन, त्यों त्यों डोगरियां दा हथ होर मोकला हुंदा चला जांदा सी, ਉਹ ਹੋਰ ਵੀ ਆਪਣੇ ਆਪ ਨੂੰ ਆਜ਼ਾਦੀ ਮਹਿਸੂਸ ਕਰਕੇ ਸਿੱਖੀ ਦੇ ਉਜਾੜੇ ਵਿੱਚ ਆਪਣੇ ਆਪ ਨੂੰ ਹੋਰ ਤਬਾਹੀ ਕਰਨ ਵਾਸਤੇ ਸੌਖਾ ਸਮਝਣ ਲੱਗ ਪੈਂਦੇ ਸਨ। 1823 ਤੱਕ ਅਕਾਲੀ ਫੂਲਾ ਸਿੰਘ ਦਾ ਇਹ ਪ੍ਰਭਾਵ ਰਿਹਾ, ਉਹਨੇ ਗੁਰਦੁਆਰਿਆਂ ਦੀ ਮਰਿਆਦਾ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵਾਰੀ ਸਿੱਖੀ ਦੇ ਸਿਧਾਂਤਾਂ ਦਾ ਪਹਿਰੇਦਾਰ ਬਣ ਕੇ ਆਪਣੇ ਜੀਵਨ ਦੇ ਉਹਨੇ ਇਹ ਸਮਾਂ ਜਾਂ ਯੋਗਦਾਨ ਪਾਇਆ। 1823 ਤੋਂ ਬਾਅਦ 1839 ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਰਿਹਾ ਤੇ ਡੋਗਰੇ ਇਹਦੇ ਵਿੱਚ ਪ੍ਰਮੁੱਖ ਸਨ, ਜਿਸ ਦਾ ਕਾਰਨ ਕੀ ਬਣਿਆ। 1823 ਤੋਂ ਬਾਅਦ ਜਿੱਥੇ ਉਹਨਾਂ ਨੇ ਰਾਜ ਘਰਾਣੇ ਦੀ ਤਬਾਹੀ ਦਾ ਮੁੱਢ ਬੰਨਿਆ ਹੋਇਆ ਸੀ, ਉੱਥੇ ਉਹਨੇ ਸਾਡੀਆਂ ਧਾਰਮਿਕ ਰੋ ਰੀਤਾਂ ਦੀ ਵੀ ਤਬਾਹੀ ਮਚਾਉਣ ਦਾ ਪੂਰਾ ਫੈਸਲਾ ਕਰ ਲਿਆ ਹੋਇਆ ਸੀ। ਹੌਲੀ ਹੌਲੀ ਵਕਤ ਆਇਆ ਗੁਰੂ ਘਰਾਂ ਦੇ ਵਿੱਚ ਉਹਨੇ ਉਹ ਮਹੰਤ, ਉਹਨੇ ਉਹ ਲੋਕ ਜਿਹੜੇ ਉਹਦੇ ਇਸ਼ਾਰਿਆਂ ਤੇ ਨੱਚ ਕੇ ਸਿੱਖੀ ਦੇ ਵਿਹੜੇ ਨੂੰ ਤਬਾਹ ਕਰਨ ਵਿੱਚ ਉਹਦੇ ਮਦਦਗਾਰ ਬਣ ਸਕਦੇ ਸਨ, ਉਹਨਾਂ ਨੂੰ ਉਹਨੇ ਆਪਣੇ ਨਾਲ ਦੇ ਸਾਥੀ ਬਣਾ ਲਿਆ। ਯਾਦ ਰੱਖਣ ਯੋਗ ਬਾਤ ਹੈ, ਦੇਖਣ ਨੂੰ ਰਾਜ ਭਾਵੇਂ ਸਿੱਖਾਂ ਦਾ ਚੱਲ ਰਿਹਾ ਸੀ ਤੇ ਧਰਮ ਦੀ ਗੱਲ ਵੀ ਸਿੱਖਾਂ ਦੀ ਹੋਣੀ ਚਾਹੀਦੀ ਸੀ ਬਹੁਤੀ, ਪਰ ਹੈਰਾਨੀ ਦੀ ਗੱਲ ਹੈ ਇਹਨਾਂ ਡੋਗਰਿਆਂ ਦੇ ਕਾਰਨ
ਹੁੰਦਾ ਕਿ ਸੀ ਵੀ ਗੁਰਦੁਆਰਾ ਸਾਹਿਬ ਦੇ ਵਿਚ 1839 ਤੱਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਤੱਕ ਬਹੁਤਾਤ ਇਹੋ ਜਿਹੇ ਪਾਪੀ ਲੋਕ ਗੁਰੂ ਘਰਾਂ ਦੇ ਵਿਚ ਮੁਖੀਏ ਬਣਾ ਕੇ ਧਰਮ ਦੀ ਵਾਗਡੋਰ ਉਨ੍ਹਾਂ ਦੇ ਹੱਥ ਪਕੜਾ ਕੇ ਅਤੇ ਉਨ੍ਹਾਂ ਨੂੰ ਗੁਰੂ ਘਰ ਦਾ ਮਹਾਨ ਪੈਸਾ ਜਾਂ ਉਹ ਜਿਹੜੀ ਵੀ ਦਾਤਾਂ ਸਨ ਉਨ੍ਹਾਂ ਨੂੰ ਗਲਤ ਤਰੀਕੇ ਵਰਤਣ ਦੀ ਪੂਰੀ ਖੁੱਲੀ ਛੁੱਟੀ ਮਿਲ ਚੁੱਕੀ ਹੋਈ ਸੀ। ਇਥੋਂ ਤੱਕ ਮੈਂ ਜ਼ਿਕਰ ਕਰਦੇ ਹਾਂ, ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਜ਼ਿਕਰ ਕੀਤਾ ਹੈ ਭਈ ਉਸ ਵੇਲੇ ਦਰਬਾਰ ਸਾਹਿਬ ਦੇ ਗ੍ਰੰਥੀ ਹੈਡ ਗ੍ਰੰਥੀ ਸਾਹਿਬ ਸੰਤ ਸਿੰਘ ਜਿਨ੍ਹਾਂ ਦੇ ਅੱਗੇ ਜਾ ਕੇ ਸ਼ਾਗਿਰਦ ਬਣਦੇ ਨੇ ਕਵੀ ਸੰਤੋਖ ਸਿੰਘ ਜੀ ਉਹ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਖ ਸੇਵਾਦਾਰ ਉਸ ਵੇਲੇ ਗੁਰਮੁਖ ਸਿੰਘ ਜੀ ਹੋਰੀ ਸਨ। ਇਨ੍ਹਾਂ ਦੇ ਬੂਹਿਆਂ ਦੇ ਅੱਗੇ ਵੀ ਜਿੱਥੇ ਇਨ੍ਹਾਂ ਦੀਆਂ ਰਹਿਸ਼ਾਂ ਸਨ, ਹੈਰਾਨੀ ਦੀ ਗੱਲ ਹੈ, ਇਨ੍ਹਾਂ ਦੇ ਬੂਹਿਆਂ ਅੱਗੇ ਸਿੱਕੀ ਰਹੋ ਰੀਤਾਂ ਦੀ ਗੱਲ ਛੱਡ ਕੇ ਬਲਕਿ ਗਣੇਸ਼ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਸਨ। ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿਚ ਵੀ ਦਰਬਾਰ ਸਾਹਿਬ ਦੇ ਅੰਦਰ ਤੱਕ ਇਨ੍ਹਾਂ ਨੇ ਮੂਰਤੀਆਂ ਦਾ ਪ੍ਰਭਾਵ ਬਣਾ ਦਿੱਤਾ ਹੋਇਆ ਸੀ, ਜਿਹਦਾ ਕਾਰਨ ਕਿ ਦੂਜੇ ਸ਼ਬਦਾਂ ਵਿਚ ਇਉਂ ਕਹਿ ਲਈਏ, ਦੇਖਣ ਨੂੰ ਗੁਰਦੁਆਰਾ ਸਾਹਿਬ ਲੱਗਦਾ ਸੀ, ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੀ। ਜਿਹੜਾ ਵੀ ਕੁਝ ਕਰਮ ਕੀਤਾ ਜਾਂਦਾ ਸੀ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਕੀਤਾ ਜਾਂਦਾ ਸੀ, ਪਰ ਜੋ ਕੁਝ ਕੀਤਾ ਜਾਂਦਾ ਸੀ ਆਲਮੋਸਟ ਉਹ ਸਾਰੇ ਦਾ ਸਾਰਾ ਹਿੰਦੂ ਧਰਮ ਦੀਆਂ ਰੋ ਰੀਤਾਂ ਹੀ ਪ੍ਰਧਾਨ ਸਨ। ਜਿਹਦਾ ਕਾਰਨ ਕੀ ਬਣਿਆ, ਪਹਿਲੀ ਮਾਰ ਸਾਡੀ ਕੌਮ ਦੇ ਉੱਤੇ ਇਹ ਪਈ, ਸਾਡੇ ਖੁਦ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਜਿਹੜੀ ਗੁਰਮਤਿ ਸੀ ਉਹ ਇਉਂ ਪ੍ਰਤੀਤ ਹੁੰਦਾ ਜਿਵੇਂ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਤ ਸੱਚ ਚੰਦਰਮਾ ਜਿਸਾ ਨਾਹੀਂ ਕਹਿ ਚੜਿਆ, ਹਾਂ ਭਾਲ ਵੀ ਕੁੰਨੀ ਹੋਈ ਅੰਧੇਰਾ ਰਾਹ ਨਾ ਕੋਈ, ਇਹੋ ਜਿਹੇ ਹਾਲਾਤ ਉਸ ਗੁਰੂ ਜਗਤ ਬਾਬੇ ਦੇ ਆਪਣੇ ਹੀ ਘਰ ਵਿਚ ਕਰ ਦਿੱਤੇ ਸਨ। ਇੱਕ ਵਿਦਵਾਨ ਪੁਰਸ਼ ਦਾ ਬਚਨ ਪੜ੍ਹਨੇ ਹੈ, ਦਿਲ ਕੇ ਫਫੋਲੇ ਜਲ ਉੱਠੇ ਸੀਨੇ ਕੇ ਦਾਗ ਸੇ, ਇਸ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ ਸੇ। ਇਸ ਘਰ ਦੇ ਵਿਚੋਂ ਹੀ ਇਹੋ ਜਿਹੀਆਂ ਰੋਹ ਰੀਤਾਂ ਸ਼ੁਰੂ ਕਰਵਾ ਦਿੱਤੀਆਂ ਨੇ ਪਾਪੀਆਂ ਨੇ, ਅਸੀਂ ਸੜ ਰਹੇ ਸਾਂ ਤੇ ਆਪਣੀ ਮਰਿਆਦਾ ਆਪ ਹੀ ਸੜ ਰਹੇ ਸਾਂ ਤੇ ਇਨ੍ਹਾਂ ਦੇ ਪਿੱਛੇ ਲੱਗ ਕੇ ਗੁਰਮਤਿ ਤੋਂ ਕੋਹਾਂ ਦੂਰ ਚਲੇ ਗਏ ਸਾਂ। ਜਦੋਂ ਖੁਦ ਗੁਰੂ ਘਰਾਂ ਵਿਚ ਇਹ ਹਾਲਾਤ ਹੋ ਗਏ ਸਨ ਤਾਂ ਦੂਜੇ ਪਾਸੇ ਬਾਕੀ ਲੋਕਾਂ ਨੇ ਵੀ ਸਿਰ ਚੁੱਕ ਕੇ ਉਹੋ ਜਿਹੇ ਕਰਮ ਕੀਤੇ ਜਿਹਦੇ ਨਾਲ ਸਿੱਖੀ ਦੇ ਬੇੜੇ ਨੂੰ ਡੋਬਣ ਵਿਚ ਉਨ੍ਹਾਂ ਨੇ ਜੋ ਆਪਣੇ ਯੋਗਦਾਨ ਦੇ ਪੱਥਰ ਪਾਏ ਉਨ੍ਹਾਂ ਨੂੰ ਇਤਿਹਾਸਕ ਪੰਨੇ ਕਦੇ ਭੁੱਲ ਨਹੀਂ ਸਕਦੇ। ਕੁਝ ਇੱਕ ਲਹਿਰਾਂ ਦਾ ਜ਼ਿਕਰ ਅੱਜ ਤੁਹਾਡੇ ਨਾਲ ਸਾਂਝਾ ਕਰਨਾ। ਇਨ੍ਹਾਂ ਵਿਚੋਂ ਕੁਝ ਲਹਿਰਾਂ ਵਿਚੋਂ ਸਭ ਤੋਂ ਪਹਿਲੀ ਲਹਿਰ ਦਾ ਜ਼ਿਕਰ ਕਰਨਾ ਚਾਹੁੰਦਾ, ਨਾਮਧਾਰੀ ਲਹਿਰ ਜਾਂ ਕੂਕਿਆਂ ਦੀ ਲਹਿਰ, ਇਹਨੂੰ ਦੋ ਨਾਂ ਦਿੱਤੇ ਜਾਂਦੇ ਨੇ। ਇਨ੍ਹਾਂ ਦੀ ਸ਼ੁਰੂਆਤ ਹੋਈ ਸੀ, ਇੱਕ ਬਾਬਾ ਬਾਲਕ ਸਿੰਘ ਹੋਏ ਨੇ, ਉਨ੍ਹਾਂ ਦਾ ਜਨਮ ਅਟਕ ਜ਼ਿਲ੍ਹੇ ਦੇ ਵਿਚ ਛੋਈ ਪਿੰਡ ਵਿਚ ਹੋਇਆ ਸੀ। ਰੱਬ ਦਾ ਸਬੱਬ ਦਿਆਲ ਸਿੰਘ ਅਰੋੜਾ ਤੇ ਭਾਗ ਭਰੀ ਮਾਤਾ ਇਨ੍ਹਾਂ ਦੇ ਘਰ ਵਿਚ ਇਸ ਬਾਲਕ ਨੇ ਜਨਮ ਲਿਆ। ਮਾਤਾ ਪਿਤਾ ਵੀ ਚੰਗੇ ਸਨ, ਇਹ ਬਾਲਕ ਵੀ ਚੰਗਾ ਸੀ, ਇਸ ਗੱਲ ਚ ਕੋਈ ਸ਼ੱਕ ਨਹੀਂ। ਇਹਦਾ ਨਾਂ ਵੀ ਬਾਲਕ ਸਿੰਘ ਰੱਖਿਆ ਗਿਆ। 1785 ਦੇ ਵਿਚ ਇਨ੍ਹਾਂ ਦਾ ਜਨਮ ਹੋਇਆ, 1862 ਤੱਕ ਆਪਣੀ ਜ਼ਿੰਦਗੀ ਨੂੰ ਇਨ੍ਹਾਂ ਨੇ ਭੋਗਿਆ। ਨਿਰੰਕਾਰ ਦੀ ਕਿਰਪਾ ਹੋਈ ਵੀ ਦਿਆਲ ਸਿੰਘ ਅਰੋੜਾ ਇਨ੍ਹਾਂ ਦਾ ਕਾਰੋਬਾਰ ਇਹ ਸੀ, ਇਨ੍ਹਾਂ ਦੇ ਨੇੜੇ ਹਜ਼ਰੋ ਇੱਕ ਕਿਲਾ ਸੀ ਜਿਹਦੇ ਵਿਚ ਕੁਝ ਇੱਕ ਫੌਜਾਂ ਪਹਿਰੇਦਾਰ ਦੇ ਵਜੋਂ ਨੌਕਰੀ ਕਰਦੀਆਂ ਸਨ ਤੇ ਉਨ੍ਹਾਂ ਦੀ ਖੁਰਾਕ ਸਪਲਾਈ ਦਾ ਸਾਰਾ ਕੰਮ ਇਨ੍ਹਾਂ ਦੇ ਜ਼ਿੰਮੇ ਸੀ। ਉਨ੍ਹਾਂ ਦੇ ਪ੍ਰਸ਼ਾਦੇ ਪਾਣੀ, ਉਨ੍ਹਾਂ ਦੀ ਖੁਰਾਕ, ਜਿਵੇਂ ਅੱਜ ਵੀ ਫੌਜਾਂ ਦੇ ਵਿਚ ਐਸਾ ਸਿਸਟਮ ਹੁੰਦਾ ਤੇ ਉਦੋਂ ਇਹ ਸਾਰਾ ਕੰਮ ਇਨ੍ਹਾਂ ਨੇ ਕਰਨਾ ਹੁੰਦਾ ਸੀ। ਇਨ੍ਹਾਂ ਦਾ ਇਹ ਕੰਮ ਹੋਣ ਦੇ ਕਰਕੇ ਵੱਡੇ ਹੋਏ ਸਰਦਾਰ ਬਾਲਕ ਸਿੰਘ ਜੀ ਤੇ ਉਨ੍ਹਾਂ ਨੇ ਵੀ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਅਪਣਾ ਲਿਆ। ਪਰ ਫਰਕ ਸਿਰਫ ਇੰਨਾ ਕੁ ਸੀ, ਇਸ ਬਾਲਕ ਸਿੰਘ ਦੀ ਪਹਿਲਾਂ ਤੋਂ ਹੀ ਧਾਰਮਿਕ ਰੁਚੀ ਸੀ, ਇਹ ਉਦੋਂ ਤੋਂ ਹੀ ਆਪਣੇ ਮਨ ਵਿਚ ਧਰਮ ਦੇ ਰਾਹ ਤੇ ਤੁਰਨਾ ਪਸੰਦ ਕਰਦੇ ਸਨ। ਵਕਤ ਆਇਆ ਇਸ ਰੁਚੀ ਨੇ ਹੋਰ ਪ੍ਰਬਲਤਾ ਲਈ, ਜਿੱਥੇ ਆਪ ਸਰੀਰਕ ਤੌਰ ਤੇ ਜਵਾਨ ਹੋਏ ਉੱਥੇ ਭਾਵਨਾਤਮਕ ਤੌਰ ਤੇ ਵੀ ਜਵਾਨ ਹੋ ਗਏ। ਇਨ੍ਹਾਂ ਨੇ ਕੁਝ ਇੱਕ ਵਿਚਾਰਾਂ ਬਣਾਈਆਂ, ਪਰ ਉਹਦੇ ਵਿਚ ਗੱਲ ਵੱਖਰੀ ਹੈ ਵੀ ਕੁਝ ਇੱਕ ਕਰਮ ਕਾਂਡ ਵੀ ਸਨ, ਜਿਵੇਂ ਤਿੰਨ ਤਿੰਨ ਵਾਰੀ ਦਿਨ ਵਿਚ ਨੂੰ ਇਸ਼ਨਾਨ ਕਰਨਾ, ਚਮੜੇ ਦੀ ਮਸ਼ਕ ਜਾਂ ਚਮੜੇ ਦਾ ਕੋਈ ਜਿਹਦੇ ਨਾਲ ਸੰਬੰਧ ਹੋਵੇ ਉਹ ਚੀਜ਼ ਨਾ ਵਰਤਣੀ, ਇੱਥੋਂ ਤੱਕ ਕਿਸੇ ਹੋਰ ਦੇ ਹੱਥ ਦਾ ਨਾ ਖਾਣਾ, ਮਾਸ ਸ਼ਰਾਬ ਤੇ ਇਤਿਹਾਸਕ ਵਰਤਣਾ
ਜਾਂ ਦਾਜ ਲੈਣਾ, ਇਹਨੇ ਆਪਣੇ ਜੀਵਨ ਵਿੱਚੋਂ ਗੱਲਾਂ ਦੂਰ ਕਰ ਦਿੱਤੀਆਂ ਸਨ। ਕਾਫੀ ਨਾ ਹੋ ਗਿਆ ਕਿਉਂਕਿ ਉਹਦਾ ਕਾਰਨ ਵੀ ਇਹ ਸਿਮਨ ਅਭਿਆਸੀ ਪੱਖੋਂ ਬਹੁਤ ਉੱਚਾ ਦਰਜਾ ਰੱਖਦੇ ਸਨ। ਸਮਾਂ ਆਇਆ ਇਹਨਾਂ ਦਾ ਵਿਆਹ ਬੀਬੀ ਤੋਤੀ ਜੀ ਨਾਲ ਹੋਇਆ। ਇਸੇ ਸਮੇਂ ਦੇ ਦਰਮਿਆਨ ਕੁਝ ਸਮਾਂ ਵਿਚਰਦਿਆਂ ਇਸ ਬਾਲੜੇ ਦਾ, ਇਸ ਬਾਲਕ ਸਿੰਘ ਦਾ ਚਾਰੇ ਪਾਸੇ ਅਲਬ ਸਤਕਾਰ ਕੁਝ ਇਸ ਢੰਗ ਦਾ ਬਣ ਗਿਆ, ਕਿਉਂਕਿ ਰੱਬੀ ਬਾਣੀ ਵੀ ਪਿਆਰੇ ਇਸ ਗੱਲ ਦਾ ਜਵਾਬ ਦਿੰਦੀ ਹੈ, ਜਦੋਂ ਕੋਈ ਰੱਬੀ ਰਾਹ ਤੇ ਤੁਰਦਾ ਉਹਨੂੰ ਸੰਸਾਰ ਉਸਤਤ ਜਾਂ ਅਦਬ ਦਿੰਦਾ, ਦੇਣਾ ਵੀ ਚਾਹੀਦਾ, ਗੱਲ ਇਹ ਮਾੜੀ ਨਹੀਂ ਹੈ। ਪਰ ਦੂਜਾ ਪੱਖ ਇੱਕ, ਉਸ ਅਦਬ ਨੂੰ ਪਾ ਕੇ ਕੁਰਾਹੇ ਪੈ ਜਾਣਾ, ਇਹ ਇੱਕ ਬੜੀ ਅਜੀਬ ਘਟਨਾ ਵਾਪਰਦੀ ਹੈ ਹਰੇਕ ਮਨੁੱਖ ਦੀ ਜ਼ਿੰਦਗੀ ਚ। ਬਹੁਤ ਵਾਰੀ ਪਿੱਛੇ ਵੀ ਅਰਜ਼ ਕੀਤਾ ਹੋਵੇਗਾ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰ ਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ, ਹਉ ਕੁਰਬਾਨ ਜਾਈ ਤੇਰੇ ਨਾਵੇ, ਜਿਸ ਨੂੰ ਬਖਸ਼ ਰਹੇ ਮੇਰੇ ਪਿਆਰੇ, ਸੋਚ ਅਸ ਤੇਰਾ ਗਾਵੇ। ਪਰ ਜਿਹੜਾ ਬੰਦਾ ਇੱਥੇ ਪਹੁੰਚ ਕੇ ਇੱਕ ਗੱਲ ਦਾ ਫੈਸਲਾ ਕਰ ਲਵੇ ਭਈ ਇਹ ਅਦਬ ਸਤਕਾਰ ਮੇਰੇ ਇਸ ਮਿੱਟੀ ਦੇ ਪੁਤਲੇ ਦਾ ਨਹੀਂ, ਮੇਰੀ ਕਿਸੇ ਕੋਸ਼ਿਸ਼ ਦਾ ਨਹੀਂ ਹੈ, ਮੇਰੇ ਕਿਸੇ ਉਪਰਾਲੇ ਦਾ ਨਹੀਂ ਹੈ, ਅਸਲ ਵਿੱਚ ਤਾਂ ਇਹ ਅਦਬ ਸਤਕਾਰ ਉਸ ਪਰਮੇਸ਼ਰ ਦੇ ਦਿੱਤੇ ਹੋਏ ਨਾਮ ਦਾ ਹੀ ਹੈ, ਜਾਂ ਦੂਜੇ ਸ਼ਬਦਾਂ ਵਿੱਚ ਮੈਂ ਇਸ ਰੱਬੀ ਰਾਹ ਨੂੰ ਚੁਣਿਆ ਇਹਦੇ ਕਰਕੇ। ਜੇ ਰੱਬ ਦਾ ਸਤਕਾਰ ਹੈ ਤਾਂ ਰੱਬ ਦੇ ਰਾਹ ਤੇ ਤੁਰਨ ਵਾਲਿਆਂ ਦਾ ਵੀ ਅਦਬ ਸਤਕਾਰ ਬਣ ਜਾਂਦਾ। ਪਰ ਜਿਹੜਾ ਇਸ ਅਦਬ ਸਤਕਾਰ ਨੂੰ ਆਪਣਾ ਸਮਝਣ ਲੱਗ ਜਾਏ, ਸਮਾਂ ਪਾ ਕੇ ਉਹ ਧਰਮ ਦੀ ਥਾਂ ਤੇ ਭਰਮ ਦੀ ਦੁਨੀਆਂ ਵਿੱਚ ਉਲਝ ਕੇ ਆਪਣੇ ਜੀਵਨ ਦੀ ਬਾਜੀ ਨੂੰ ਹਾਰ ਜਾਂਦਾ। ਇਹਨਾਂ ਹੀ ਦਿਨਾਂ ਦੇ ਵਿੱਚ ਬਾਬਾ ਰਾਮ ਸਿੰਘ ਜੀ ਇਹਨਾਂ ਦੇ ਸੰਪਰਕ ਵਿੱਚ ਆਏ। ਥੋੜਾ ਜਿਹਾ ਵਿਚਾਰ ਇਹਨਾਂ ਦਾ ਵੀ ਕਰ ਲਈਏ। ਬਾਬਾ ਰਾਮ ਸਿੰਘ ਜੀ 1816 ਦੇ ਵਿੱਚ ਭੈਣੀ ਪਿੰਡ ਲੁਧਿਆਣਾ ਦੇ ਲਾਗੇ ਜਨਮ ਹੋਇਆ। ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਜੱਸਾ ਸਿੰਘ ਜੀ, ਮਾਤਾ ਜੀ ਦਾ ਨਾਮ ਸਦਾ ਕੌਰ ਸੀ। ਤੇ ਵਕਤ ਆਇਆ, ਨਿਰੰਕਾਰ ਦੀ ਕਿਰਪਾ ਹੋਈ, ਇਹਨਾਂ ਦੇ ਘਰ ਵਿੱਚ ਇੱਕ ਭਰਾ ਆਏਗਾ ਸਰਦਾਰ ਬੁੱਧ ਸਿੰਘ ਜੀ ਤੇ ਨਾਲ ਭੈਣ ਸਾਹਿਬ ਕੌਰ ਸੀ। ਅੱਛਾ ਪਰਿਵਾਰ ਸੀ, ਬਿਰਤੀਆਂ ਵੀ ਅੱਛੀਆਂ ਸਨ ਇਹਨਾਂ ਦੀਆਂ। ਆਖਿਰਕਾਰ ਇਹਨਾਂ ਦਾ ਸੰਬੰਧ ਹੋਇਆ ਬਾਲਕ ਸਿੰਘ ਨਾਲ। ਬਾਲਕ ਸਿੰਘ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਵੀ ਧਰਮ ਦੇ ਰਸਤੇ ਨੂੰ ਹੀ ਚੁਣ ਲਿਆ। ਪਹਿਲਾਂ ਵੀ ਇਹਨਾਂ ਦੇ ਮਨ ਵਿੱਚ ਧਾਰਮਿਕ ਰੁਚੀ ਸੀ। ਉਹਨਾਂ ਦੇ ਨੇੜੇ ਇੱਕ ਪਿੰਡ ਬਿਲਗਾ, ਇਸੇ ਦਾ ਇੱਕ ਰਹਿਣ ਵਾਲਾ ਮਹੰਤ ਸੀ, ਕੋਈ ਸਾਧ ਸੀ, ਅੱਛੀ ਬਿਰਤੀ ਵਾਲਾ ਹੋਵੇਗਾ, ਉਹਦਾ ਬਹੁਤਾ ਜ਼ਿਕਰ ਨਹੀਂ ਆਇਆ। ਤੇ ਉਹਦੇ ਕੋਲ ਕੁਝ ਇੱਕ ਗੁਰਬਾਣੀ ਦਾ ਪਾਠ ਕਰਨਾ, ਗੁਰਮਤ ਦੀਆਂ ਕੁਝ ਗੱਲਾਂ ਇਤਿਹਾਸਕ ਸਿੱਖੀਆਂ, ਪਰ ਉਹਨਾਂ ਨਾਲ ਬਹੁਤੇ ਜੀਵਨ ਦੀ ਸਾਂਝ ਨਾ ਹੋ ਸਕੀ। ਲਮੇਰਾ ਪੰਥ ਉਹਨਾਂ ਨਾਲ ਜੀਵਨ ਦਾ ਨਹੀਂ ਤੈਅ ਕੀਤਾ। ਮਾਤਾ ਜੀ ਦੇ ਕੋਲ ਵੀ ਆ ਗਏ ਤੇ ਮਾਤਾ ਜੀ ਦੇ ਕੋਲ ਆਪਣੀ ਮਾਂ ਦੇ ਕੋਲੋਂ ਵੀ, ਅਸਲ ਵਿੱਚ ਜਦੋਂ ਵੀ ਕਦੇ ਇਹੋ ਜਿਹਾ ਜ਼ਿਕਰ ਆਉਂਦਾ ਉਦੋਂ ਪੁਰਾਣੀਆਂ ਮਾਵਾਂ ਨੂੰ ਨਮਸਕਾਰ ਹੁੰਦੀ ਸੀ, ਕਿਉਂਕਿ ਇਹ ਗੱਲ ਵੱਖਰੀ ਵੀ ਮਾਂ ਨੂੰ ਇਹ ਨਾ ਪਤਾ ਹੋਵੇ ਧਰਮ ਦਾ ਰਾਹ ਕਿਹੜਾ ਠੀਕ ਹੈ। ਪਰ ਹਰ ਮਾਂ ਇੱਕ ਚਾਹਤ ਰੱਖਦੀ ਸੀ ਮੇਰਾ ਪੁੱਤਰ ਵਕਤ ਦੇ ਨਾਲ ਧਰਮ ਦੇ ਰਾਹ ਤੇ ਤੁਰੇ। ਖੈਰ ਅੱਜ ਆਪਾਂ ਕਈ ਗੱਲਾਂ ਵਿਚਾਰਨੀਆਂ ਨੇ, ਇਸ ਲਈ ਪਿਆਰ ਵਾਲਿਓ ਮਾਤਾ ਨੇ ਵੀ ਉਪਦੇਸ਼ ਦਿੱਤਾ, ਜਿਹਦੇ ਕਰਕੇ ਅੰਦਰ ਪਲਦੀਆਂ ਰੁਚੀਆਂ ਜਿਹੜੀਆਂ ਸਨ ਉਹ ਹੋਰ ਬਲਵਾਨ ਹੋ ਗਈਆਂ। ਸਮਾਂ ਪਾ ਕੇ ਇਹਨਾਂ ਨੇ ਆਪਣੇ ਰੁਜ਼ਗਾਰ ਦਾ ਜਿਹੜਾ ਕਰਮ ਚੁਣਿਆ ਉਹ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌ ਨਿਹਾਲ ਸਿੰਘ ਦਾ ਉਸ ਵੇਲੇ ਰਾਜ ਸੀ, ਤੇ ਕੰਵਰ ਨੌ ਨਿਹਾਲ ਸਿੰਘ ਦੇ ਵੇਲੇ 1845 ਦੇ ਵਿੱਚ, ਮਾਫ਼ ਕਰਨਾ, ਉਦੋਂ ਇਹ ਕੰਵਰ ਨੌ ਨਿਹਾਲ ਸਿੰਘ ਦੇ ਵੇਲੇ ਭਰਤੀ ਹੋ ਗਏ ਤੇ ਫੌਜ ਵਿੱਚ ਜਾ ਕੇ ਸ਼ਾਮਿਲ ਹੋ ਗਏ। ਔਰ ਜਿਹੜਾ 1845 ਵਿੱਚ ਮੁਦਕੀ ਦਾ ਜੰਗ ਲੜਿਆ ਗਿਆ ਉਸ ਜੰਗ ਵਿੱਚ ਵੀ ਬਾਬਾ ਰਾਮ ਸਿੰਘ ਹੋਰ ਹੀ ਬਿਲਕੁਲ ਅੱਗੇ ਹੋ ਕੇ ਲੜੇ ਸਨ। ਪੂਰੇ ਸਿਰਕ ਤੇ ਸਾਧਕ ਦੇ ਨਾਲ ਗੁਰੂ ਘਰ ਦੇ ਵਫ਼ਾਦਾਰ ਹੋ ਕੇ ਉਦੋਂ ਤੱਕ ਵਿਚਰੇ ਸਨ। ਵੈਸੇ ਤਾਂ ਇਹ ਦੋਵੇਂ ਜਣੇ ਵਫ਼ਾਦਾਰ ਹੀ ਰਹੇ ਨੇ, ਗੱਲ ਤਾਂ ਅੱਗੇ ਜਾ ਕੇ ਵਿਗੜਦੀ ਹੈ ਜਿਵੇਂ ਇੱਕ ਚਸ਼ਮਾ ਨਿਕਲਦਾ ਪਹਾੜ ਦੀ ਕੁੱਖ ਵਿੱਚੋਂ, ਪਰ ਸਮਾਂ ਪਾ ਕੇ ਉਹ ਉੱਥੋਂ ਤਾਂ ਨਿਰਮਲ ਹੋ ਕੇ ਨਿਕਲਦਾ। ਸਮਾਂ ਪਾ ਕੇ ਜਿਉਂ ਜਿਉਂ ਆਪਣਾ ਪੰਥ ਤੈਅ ਕਰਦਾ ਉਹ ਅੱਗੇ ਆਪਣੇ ਅਸਲੇ ਨੂੰ ਮਿਲਣ ਵਾਸਤੇ ਜਾਂਦਾ। ਰਾਹ ਦੇ ਵਿੱਚ ਕਈ ਤਰੀਕਿਆਂ ਨਾਲ ਮੈਲਾ ਹੋ ਜਾਂਦਾ, ਫਿਰ ਉਹ ਨਿਰਮਲ ਚਸ਼ਮਾ ਨਹੀਂ ਦਿੰਦਾ। ਇਸੇ ਤਰ੍ਹਾਂ ਹੋ ਸਕਦਾ ਕਿਸੇ ਵੇਲੇ ਇਹ ਵੀ ਚੰਗੀਆਂ ਗੱਲਾਂ ਲੈ ਕੇ ਹੀ ਸ਼ੁਰੂਆਤ ਹੋਈ ਹੋਵੇ ਇਹਨਾਂ ਲੋਕਾਂ ਦੀ ਵੀ, ਪਰ ਸਮੇਂ ਨੇ ਅਤੇ ਲੋਕਾਂ ਦੀ ਵਾਹਵਾ ਨੇ, ਸਮੇਂ ਨੇ ਤੇ ਲੋਕਾਂ ਦੀ ਉਪਮਾ ਨੇ ਇਹਨਾਂ ਨੂੰ ਇਹੋ ਜਿਹਾ ਕੁਰਾਹੇ ਪਾਇਆ। ਉਹ ਜਿਹੜੇ ਔਗਣ ਨੇ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਰੱਬ ਤੋਂ ਵਿਛੋੜੇ ਦਾ ਕਾਰਨ ਬਣ ਜਾਂਦੇ ਨੇ ਇਹਨਾਂ ਸੰਸਥਾਵਾਂ ਦੇ ਵਿੱਚ ਵੀ ਪੈਦਾ ਹੋ ਗਏ। ਖੈਰ ਇੱਕ ਵਕਤ ਆਇਆ ਜਦੋਂ ਇਹ ਵੀ ਆਪਣੇ ਵੱਲੋਂ ਕੁਛ ਕਰਦੇ ਰਹੇ, ਬਾਲਕ ਸਿੰਘ ਹੋਰਾਂ ਦੇ ਸੰਪਰਕ ਵਿੱਚ ਆ ਗਏ
ਤੇ ਇਨ੍ਹਾਂ ਨੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਅੱਗੇ ਤੋੜਨਾ ਸ਼ੁਰੂ ਕਰ ਦਿੱਤਾ। ਬੜਾ ਅਰਬ ਸਤਿਕਾਰ ਸੀ ਇਨ੍ਹਾਂ ਦਾ ਵੀ। ਕੁਝ ਇੱਕ ਵਕਤ ਤੋਂ ਬਾਅਦ ਵਿੱਚ ਸੰਸਾਰ ਨੇ ਇਨ੍ਹਾਂ ਨੂੰ ਬੜਾ ਪਿਆਰ ਦਿੱਤਾ। ਸਮਾਂ ਆਇਆ ਇਹ ਆ ਕੇ ਉਥੋਂ ਬਾਲਕ ਸਿੰਘ ਦੇ ਚੜਾਈ ਕਰ ਜਾਣ ਤੋਂ ਬਾਅਦ ਵਿੱਚ ਭੈਣੀ ਪਿੰਡ ਆ ਕੇ ਲੁਧਿਆਣੇ ਦੇ ਲਾਗੇ ਰਹਿਣ ਲੱਗ ਪਏ। ਇੱਥੇ ਸਿੱਖ ਸੰਗਤਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਸੀ। ਉਹਦੇ ਕਰਕੇ ਇੱਕ ਇਹ ਅਸਥਾਨ ਭੈਣੀ ਹੀ ਇਹੋ ਜਿਹਾ ਧਾਰਮਿਕ ਅਸਥਾਨ ਬਣ ਗਿਆ ਜਿਹਦੇ ਵਿੱਚ ਲੋਕਾਂ ਨੂੰ ਬੜਾ ਅਕੀਦਾ ਤੇ ਵਿਸ਼ਵਾਸ ਪੈਦਾ ਹੋ ਗਿਆ। ਪਰ ਅਚਾਨਕ ਵਕਤ ਆਇਆ 1863 ਦੇ ਵਿੱਚ 1 ਜੂਨ ਉਦੋਂ ਇਨ੍ਹਾਂ ਨੇ ਬਾਬਾ ਰਾਮ ਸਿੰਘ ਜੀ ਹੋਰਾਂ ਨੇ ਖੋਟੇ ਪਿੰਡ ਦੇ ਵਿੱਚ ਇੱਕ ਐਲਾਨ ਕੀਤਾ। ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਉੱਥੇ ਇੱਕ ਬਹੁਤ ਵੱਡਾ ਸਮਾਗਮ ਕੀਤਾ। ਵਿੱਚੋਂ ਇੱਕ ਗੱਲ ਹੋਰ ਪਹਿਲੇ ਸਾਂਝੀ ਕਰ ਲਾਂ ਤਾਂ ਕਿ ਪਤਾ ਲੱਗ ਜਾਏ ਗੱਲ ਦਾ। ਕੁਝ ਇੱਕ ਸਮਾਂ ਜਦੋਂ ਇਹ ਉਹਨਾਂ ਦੇ ਕੋਲ ਰਹੇ ਸਨ, ਪਿੱਛੇ ਜ਼ਿਕਰ ਆ ਚੁੱਕਾ ਹੋਇਆ ਵੀ ਗੋਰੀਆਂ ਨੇ ਜਿਉਂ ਰਾਜਪਾਕ ਸੰਭਾਲਿਆ ਤਿਉਂ ਉਹਨਾਂ ਨੇ ਇਹ ਜਿਹੜੇ ਵਫ਼ਾਦਾਰ ਫੌਜੀ ਸਨ ਇਹਨਾਂ ਨੂੰ ਨੌਕਰੀਓਂ ਕੱਢ ਦਿੱਤਾ ਸੀ ਸਾਰਿਆਂ ਨੂੰ। ਇਹਨਾਂ ਵਿੱਚੋਂ ਕੁਛ ਇੱਕ ਨੂੰ ਵਾਪਸ ਵੀ ਬੁਲਾ ਲਿਆ ਸੀ ਪਰ ਕੁਛ ਇੱਕ ਨੂੰ ਨਹੀਂ ਸੀ ਬੁਲਾਇਆ। ਬਾਬਾ ਰਾਮ ਸਿੰਘ ਜੀ ਵੀ ਉਦੋਂ ਨੌਕਰੀ ਛੱਡ ਕੇ ਆ ਗਏ ਸਨ ਤੇ ਇਹਨਾਂ ਨੂੰ ਮੁੜ ਕੇ ਨਹੀਂ ਸੀ ਬੁਲਾਇਆ ਗਿਆ, ਜਿਹਦੇ ਕਾਰਨ ਕਰਕੇ ਕੁਝ ਇੱਕ ਅੰਗਰੇਜ਼ਾਂ ਦੇ ਪ੍ਰਤੀ ਰੋਸ ਵੀ ਸੀ ਇਹਨਾਂ ਦੇ ਮਨਾਂ ਵਿੱਚ। ਖੈਰ ਖੋਟੇ ਪਿੰਡ ਦੇ ਵਿੱਚ ਇਹਨਾਂ ਨੇ ਇੱਕ ਸਮਾਗਮ ਕੀਤਾ ਜਿਹਦੇ ਵਿੱਚ ਇੱਕ ਇਹਨਾਂ ਨੇ ਐਲਾਨ ਕੀਤਾ ਵੀ ਆਉਣ ਵਾਲੇ ਸਮੇਂ ਦੇ ਅੰਦਰ ਜਦੋਂ ਖਾਲਸਾ 1.25 ਲੱਖ ਖਾਲਸਾ ਬਣ ਜਾਏਗਾ ਤਾਂ ਇਹਨਾਂ ਗੋਰੀਆਂ ਦਾ ਰਾਜ ਖਤਮ ਹੋ ਜਾਏਗਾ, ਇਹਨਾਂ ਅੰਗਰੇਜ਼ਾਂ ਦਾ ਰਾਜ ਖਤਮ ਹੋ ਜਾਏਗਾ ਤੇ ਸਿੱਖਾਂ ਦਾ ਰਾਜ ਮੁੜ ਪਰਤ ਆਵੇਗਾ। ਇਹ ਗੱਲ ਨੂੰ ਉਸ ਵੇਲੇ ਦੇ ਲੋਕਾਂ ਨੇ ਇਤਨਾ ਕੁ ਪ੍ਰਚਾਰਿਆ, ਇਹ ਗੱਲ ਇਤਨੀ ਕੁ ਅੱਗੇ ਮਕਬੂਲ ਹੋਈ, ਪਹੁੰਚਦਿਆਂ ਪਹੁੰਚਦਿਆਂ ਸਰਕਾਰੀ ਦਰਬਾਰੇ ਗੋਰੀਆਂ ਦੇ ਕੰਨਾਂ ਤੱਕ ਵੀ ਪਹੁੰਚੀ। ਹੁਣ ਉਹ ਤਾਂ ਉਹ ਹਰ ਇੱਕ ਬੀਜ ਪੁੱਟਣਾ ਚਾਹੁੰਦੇ ਸਨ, ਹਰ ਇੱਕ ਸ਼ਾਖਾ ਨੂੰ ਖਤਮ ਕਰਨਾ ਚਾਹੁੰਦੇ ਸਨ ਜਿਹੜੀ ਕਦ ਰਾਜ ਭਾਗ ਉਜਾੜਨ ਦੇ ਵਿੱਚ ਕਾਰਨ ਬਣ ਸਕਦੀ ਸੀ। ਉਹਨਾਂ ਨੇ ਇਸ ਬਾਬਾ ਰਾਮ ਸਿੰਘ ਜੀ ਦੇ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਵਕਤ ਗੁਜ਼ਰਦਾ ਗਿਆ, ਇੱਕ ਕਾਰਨ ਇਹ ਵੀ ਬਣਿਆ, ਇਹ ਵੀ ਚੇਤੇ ਰੱਖਣ ਵਾਲੀ ਬਾਤ ਹੈ। ਇਹ ਲੋਕ ਕੀਰਤਨ ਤਾਂ ਕਰਦੇ ਸਨ ਬੜੇ ਪਿਆਰ ਨਾਲ, ਪਰ ਕੀਰਤਨ ਕਰਦਿਆਂ ਕਰਦਿਆਂ ਨਾਲ ਕੂਕਾਂ ਵੀ ਮਾਰਦੇ ਸਨ। ਅੱਜ ਵੀ ਕਈ ਇਸ ਤਰ੍ਹਾਂ ਦੇ ਕਰਮ ਦੇਖੇ ਜਾਂਦੇ ਨੇ। ਉਦੋਂ ਕੂਕਾਂ ਮਾਰਨ ਕਰਕੇ ਇਹਨਾਂ ਨੂੰ ਕੂਕੇ ਕਹਿਣ ਲੱਗ ਪਏ। ਅਸਲ ਵਿੱਚ ਉਦੋਂ ਇਹਨਾਂ ਦਾ ਪ੍ਰਸਿੱਧ ਨਾਮ ਕੂਕੇ ਬਣ ਗਿਆ। ਵਕਤ ਆਇਆ ਇਸੇ ਤਰ੍ਹਾਂ ਚਾਲ ਚੱਲਦੀ ਰਹੀ, ਇਹ ਗੱਲ ਪ੍ਰਸਿੱਧ ਹੋ ਗਈ ਤੇ ਆਖਰ ਇਹਨਾਂ ਨੇ ਸਰਕਾਰ ਨੇ ਇਹਨਾਂ ਨੂੰ ਕੋਸ਼ਿਸ਼ ਕੀਤੀ ਵੀ ਅਸੀਂ ਇਹਨਾਂ ਦੀਆਂ ਕਾਰਵਾਈਆਂ ਦੇ ਉੱਤੇ ਪੂਰੀ ਨਜ਼ਰ ਰੱਖੀ ਜਾਏ। 1861 ਵਿੱਚ 1863 ਤੱਕ ਇਹਨਾਂ ਦੇ ਉੱਤੇ ਪਹਿਲਾਂ ਹੀ ਇਸ ਤਰ੍ਹਾਂ ਦਾ ਦਬਾਅ ਬਣਿਆ ਹੋਇਆ ਸੀ, ਇਹਨਾਂ ਨੂੰ ਪ੍ਰਭਾਵ ਸੀ। 1867 ਦੇ ਵਿੱਚ ਬਾਬਾ ਰਾਮ ਸਿੰਘ ਜੀ ਹੋਰਾਂ ਨੇ ਸਰਕਾਰੀ ਦਰਬਾਰੇ ਭਾਵੇਂ ਭੈਣੀ ਦੇ ਵਿੱਚ ਹੀ ਨਜ਼ਰਬੰਦ ਸਨ, ਇਸ ਇਲਾਕੇ ਤੋਂ ਦੂਰ ਜਾਣ ਦੀ ਇਹਨਾਂ ਨੂੰ ਆਗਿਆ ਲੈਣੀ ਪੈਂਦੀ ਸੀ। ਖੈਰ ਇਹਨਾਂ ਨੇ ਉਸ ਵੇਲੇ ਕੋਸ਼ਿਸ਼ ਕੀਤੀ, ਅਨੰਦਪੁਰ ਸਾਹਿਬ ਜਾ ਕੇ ਪਹਿਲਾਂ ਅੰਮ੍ਰਿਤਸਰ ਖੁਸ਼ਵੰਤ ਸਿੰਘ ਨੇ ਅੰਮ੍ਰਿਤਸਰ ਦਾ ਜ਼ਿਕਰ ਕੀਤਾ, ਬਾਕੀ ਵਿਦਵਾਨਾਂ ਨੇ ਘੱਟ ਕੀਤਾ। ਉਹਨਾਂ ਜ਼ਿਕਰ ਕੀਤਾ ਵੀ ਇਹਨਾਂ ਦੇ ਮਨ ਵਿੱਚ ਵਿਚਾਰ ਬਣੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਖਾਲਸਾ ਸਾਜਿਆ ਸੀ ਤੇ ਇਹਨਾਂ ਨੇ ਵੀ ਇਹੋ ਜਿਹੀ ਇੱਕ ਵਿਚਾਰ ਬਣਾਈ ਵੀ ਮੈਂ ਵਿਸਾਖੀ ਵਾਲੇ ਦਿਨ ਸਿੱਖ ਜਗਤ ਨੂੰ ਇੱਕ ਨਵਾਂ ਪ੍ਰੋਗਰਾਮ ਦੇਵਾਂ। ਇਹ ਵਿਚਾਰ ਕਰਕੇ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਗਏ, ਪਰ ਉੱਥੇ ਫੌਜ ਦਾ ਬਹੁਤ ਸਖ਼ਤ ਪਹਿਰਾ ਸੀ, ਪਤਾ ਸੀ ਇਸ ਗੱਲ ਦਾ ਵੀ ਇਸ ਤਰ੍ਹਾਂ ਵਿਸਾਖੀ ਨੂੰ ਗੜਬੜ ਹੋ ਸਕਦੀ ਹੈ। ਆਖਰ ਇਹ ਉੱਥੋਂ ਅਨੰਦਪੁਰ ਸਾਹਿਬ ਆ ਗਏ। ਅਨੰਦਪੁਰ ਸਾਹਿਬ ਦੇ ਵਿੱਚ ਵੀ ਉਦੋਂ ਨਿਹੰਗ ਸਿੰਘਾਂ ਦਾ ਪਹਿਰਾ ਸੀ। ਇੱਕ ਗੱਲ ਚੇਤਾ ਰੱਖਣਾ, ਨਿਹੰਗ ਸਿੰਘ ਅੱਜ ਹੀ ਸਾਨੂੰ ਇਸ ਤਰ੍ਹਾਂ ਦੇ ਵਿਸਲੇ ਲੱਗਦੇ ਨੇ। ਪਹਿਲੇ ਸਮਿਆਂ ਵਿੱਚ ਇਹਨਾਂ ਨੇ ਕੁਝ ਇੱਕ ਜਿਹੜੀਆਂ ਰਵਾਇਤਾਂ ਆਪਣੇ ਹੱਥ ਵਿੱਚ ਆ ਗਈਆਂ ਸਨ, ਉਹਨਾਂ ਦੇ ਪਹਿਰੇਦਾਰੇ ਚੰਗੀ ਤਰ੍ਹਾਂ ਰਹੇ ਨੇ, ਜਿਵੇਂ ਰੰਗ ਨੂੰ ਸੰਭਾਲਣਾ, ਸੁਰਮਈ ਰੰਗ ਨੂੰ ਸੰਭਾਲਣਾ, ਆਪਣੀਆਂ ਰਵਾਇਤਾਂ ਨੂੰ ਸੰਭਾਲਣਾ। ਇਹਨਾਂ ਨੇ ਉਦੋਂ ਅਨੰਦਪੁਰ ਸਾਹਿਬ ਸਨ ਤੇ ਇਹਨਾਂ ਦੇ ਕਰਕੇ ਬਾਬਾ ਰਾਮ ਸਿੰਘ ਦੀ ਗੱਲ ਇੱਥੇ ਵੀ ਨਾ ਬਣ ਸਕੀ, ਜਿਹਦਾ ਕਾਰਨ ਕੀ ਬਣਿਆ। ਆਖਿਰਕਾਰ ਜਦੋਂ ਇਸ ਤਰ੍ਹਾਂ ਪੂਰੀ ਸਫਲਤਾ ਨਾ ਮਿਲੀ ਤੇ ਸਮਾਂ ਆਪਣੀ ਟੋਰ ਟੁਰਦਾ ਗਿਆ, ਉਹਨਾਂ ਦਿਨਾਂ ਦੇ ਵਿੱਚ ਹੀ ਇਹ ਵੀ ਗੱਲ ਚੇਤਾ ਰੱਖਣ ਵਾਲੀ ਹੈ ਭਈ ਜਿਹੜਾ ਹਿੰਦੂ ਧਰਮ ਹੈ ਨਾ, ਬ੍ਰਹਮਣੀ ਵਿਚਾਰ ਹੈ, ਇਹ ਜਿਹੜੀ ਇੱਕ ਬ੍ਰਹਮਣੀ ਰੀਤ ਹੈ ਉਹਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ। ਅੱਜ ਵੀ ਆਪਾਂ ਵੇਖਦੇ ਹਾਂ ਜਦੋਂ ਵੀ ਕੋਈ ਸਿਰ ਚੁੱਕ ਕੇ ਆਪਣੇ ਰਾਹ ਤੇ ਤੁਰਨ ਦੀ ਕੋਸ਼ਿਸ਼ ਕਰਦਾ, ਅਣਖ ਤੇ ਗੈਰਤ ਦੇ ਸੌਦੇ ਕਰਦਾ, ਉਦੋਂ ਇਹ ਕੋਸ਼ਿਸ਼ ਹੁੰਦੀ ਹੈ ਇਹ ਕਿਸੇ ਨਾ ਕਿਸੇ ਤਰੀਕੇ ਕੋਈ ਇਹੋ ਜਿਹਾ ਜਾਲ ਵਿਛਾ ਕੇ ਰਾਹ ਪਏ ਲੋਕਾਂ ਨੂੰ ਕੁਰਾਹੇ ਪਾ ਦਿੰਦੇ ਨੇ।
ਇਸੇ ਲਈ ਇੱਕ ਵਿਦਵਾਨ ਪੁੱਛਦਾ ਬਚਨ ਬਹੁਤ ਵਾਰੀ ਪੜ੍ਹਦੇ ਹੋ, ਦੀਨੇ ਇਲਾਹੀ ਕਾਏ ਬੇਬਾਕ ਬੇੜਾ, ਦੀਨੇ ਇਲਾਹੀ ਕਾ ਜੇ ਬੇਬਾਕ ਬੇੜਾ, ਨਾ ਗੇਹੂ ਮੇ ਅਟਕਾ ਨਾ ਸੇਹੂ ਮੇ ਠਹਿਰਾ, ਪਾਰ ਕੀਏ ਤੇ ਜਿਤਨੇ ਸਾਤੋ ਸਮੁੰਦਰ, ਆਖਰ ਮੇ ਡੁੱਬਾ ਗੰਗਾ ਮੇ ਆਕਰ। ਕਹਿਣ ਲੱਗੇ ਕੋਈ ਧਰਮ ਕਿੰਨੇ ਵੀ ਚੰਗੇ ਰੋਹ ਰੀਤੀ ਲੈ ਕੇ ਚੱਲਿਆ ਹੋਵੇ, ਪਰ ਜਿਹੜਾ ਧਰਮ ਇਸ ਬ੍ਰਹਮਣੀ ਦੀਤ ਦੀ ਉਸ ਮਗਰਮੱਛ ਦੇ ਪਕੜ ਵਿਚ ਆ ਗਿਆ, ਉਹ ਆਪਣੇ ਸਾਹ ਲੈਣੇ ਬੰਦ ਕਰਕੇ ਜਾਂ ਤੇ ਮੌਤ ਦੇ ਰਾਹ ਤੁਰ ਗਿਆ, ਜਾਂ ਫਿਰ ਉਹ ਇਹਨਾਂ ਦੇ ਵਿੱਚ ਹੀ ਖਚਤ ਹੋ ਗਿਆ, ਉਹ ਆਪਣੀ ਹੋਂਦ ਬਰਕਰਾਰ ਨਹੀਂ ਰੱਖ ਸਕਿਆ। ਇਸੇ ਤਰ੍ਹਾਂ ਬਾਬਾ ਰਾਮ ਸਿੰਘ ਹੋਰਾਂ ਦੀ ਜਦੋਂ ਇਸ ਤਰ੍ਹਾਂ ਦੀ ਵਡਿਆਈ ਉਹਨਾਂ ਨੇ ਵੇਖੀ, ਇੱਕ ਗੱਲ ਦੂਜੇ ਪਾਸੇ ਪਾਉਣ ਵਾਸਤੇ, ਕੁਰਾਗੇ ਪਾਉਣ ਵਾਸਤੇ ਆਪਣੇ ਕੁਝ ਬੰਦੇ ਇਹੋ ਜਿਹੇ ਕੁਛ ਪੈਂਟ ਵਿਚ ਕਰ ਗਏ। ਉਹਨਾਂ ਦਿਨਾਂ ਦੇ ਵਿੱਚ ਗੋਰਿਆਂ ਦਾ ਰਾਜ ਹੋਣ ਕਰਕੇ ਗੋਰੇ ਲੋਕ ਨੇ ਇਹ ਮੀਟ ਦੇ ਬਹੁਤ ਸ਼ੌਕੀਨ ਸਨ, ਇਸ ਲਈ ਕੁਦਰਤੀ ਗੱਲ ਹੈ ਇਹ ਗਾਂ ਨੂੰ ਵੀ ਖਾਣਾ ਚੰਗਾ ਸਮਝਦੇ ਨੇ। ਇਹਨਾਂ ਦੀਆਂ ਨਜ਼ਰਾਂ ਵਿੱਚ ਕੋਈ ਗਾਂ, ਭਾਵੇਂ ਤਾਂ ਸਿੱਖੀ ਦੇ ਵਿੱਚ ਵੀ ਕੋਈ ਗਾਂ ਦਾ ਅਸੀਂ ਪੂਜਣ ਯੋਗ ਕਿਸੇ ਪਸ਼ੂ ਨੂੰ ਨਹੀਂ ਮੰਨਦੇ, ਪਰ ਇਹਨਾਂ ਦੇ ਵਿੱਚ ਗਾਂ ਖਾਣਾ ਕੋਈ ਮਨਾ ਨਹੀਂ ਸੀ, ਜਿਹਦਾ ਕਾਰਨ ਕਿ ਇਹਨਾਂ ਨੇ ਬੁੱਚੜਖਾਨੇ ਖੋਲ੍ਹੇ ਤੇ ਬੁੱਚੜਖਾਨਿਆਂ ਦੇ ਵਿੱਚ ਗਾਵਾਂ ਦਾ ਕਤਲ ਹੁੰਦਾ ਸੀ, ਬਾਕੀ ਪਸ਼ੂਆਂ ਦਾ ਵੀ ਕਤਲ ਹੁੰਦਾ ਸੀ, ਤੇ ਉਹਦੇ ਦਰਮਿਆਨ ਇਹਨਾਂ ਲੋਕਾਂ ਨੇ ਬ੍ਰਹਮਣੀ ਰੀਤ ਨੇ ਇਹੋ ਜੀ ਵਿਪਰਨ ਕੀ ਰੀਤ ਨੇ ਇੱਕ ਇਹੋ ਜਿਹਾ ਮੋੜ ਦਿੱਤਾ ਇਹਨਾਂ ਰਾਮ ਸਿੰਘ ਹੋਰਾਂ ਨੂੰ ਤੇ ਇਹਨਾਂ ਕੁੱਕਿਆਂ ਨੂੰ। ਉਹਨਾਂ ਨੇ ਇਸ ਗੱਲ ਦਾ ਇਹੋ ਜਿਹਾ ਪ੍ਰਭਾਵ ਪਾ ਦਿੱਤਾ ਵੀ ਸਾਨੂੰ ਇਧਰਲੇ ਪਾਸੇ ਪ੍ਰਭਾਵ ਇਹੋ ਜਿਹਾ ਪਾ ਦਿੱਤਾ ਮਨ ਵਿੱਚ ਵੀ ਸਾਨੂੰ ਇਧਰਲੇ ਪਾਸੇ ਆਪਣਾ ਯੋਗਦਾਨ ਪਾਉਣਾ ਚਾਹੀਦਾ। ਆਖਿਰ ਕੀ ਹੋਇਆ, ਬਾਬਾ ਰਾਮ ਸਿੰਘ ਦੇ ਉਪਾਸ਼ਕ ਸਨ ਜਿਹੜੇ, ਉਹ ਇਸ ਬੁੱਚੜਖਾਨੇ ਨੂੰ ਮਾਰਨ ਲੱਗ ਪਏ, ਬੁੱਚੜਾਂ ਨੂੰ ਮਾਰਨ ਲੱਗ ਪਏ। 14 ਜੂਨ 1870 ਨੂੰ ਅੰਮ੍ਰਿਤਸਰ ਸਾਹਿਬ ਦੇ ਵਿੱਚ ਬੁੱਚੜਖਾਨੇ ਦੇ ਉੱਤੇ ਹਮਲਾ ਕੀਤਾ, ਪਰ ਇੱਥੇ ਹਮਲਾ ਕਰਕੇ ਬਿਲਕੁਲ ਸਾਬਤ ਨਿਕਲ ਗਏ। ਉਹ ਬੁੱਚੜ ਤਾਂ ਮਾਰੇ ਗਏ, ਪਰ ਇਹਨਾਂ ਦੇ ਵਿੱਚੋਂ ਇਹ ਨਾ ਪਤਾ ਲੱਗ ਸਕਿਆ ਵੀ ਹਮਲਾ ਕੀਤਾ ਕਿਹਨੇ। ਕੁਝ ਹੀ ਸਮਾਂ ਫਿਰ ਗੁਜ਼ਰਿਆ, 16 ਜੁਲਾਈ 1871 ਨੂੰ ਰਾਏਕੋਟ ਉੱਥੇ ਬੁੱਚੜਖਾਨੇ ਦੇ ਉੱਤੇ ਹਮਲਾ ਕੀਤਾ। ਇੱਥੇ ਹਮਲਾ ਕਰਨ ਵਾਲਿਆਂ ਵਿੱਚ ਕੁਝ ਲੋਕ ਫਸ ਗਏ, ਜਿਨ੍ਹਾਂ ਵਿੱਚ ਮੰਗਲ ਸਿੰਘ, ਮਸਤਾਨ ਸਿੰਘ, ਸਰਮਖ ਸਿੰਘ ਤੇ ਨਾਲ ਗੁਲਾਬ ਸਿੰਘ, ਬਾਕੀਆਂ ਨੇ ਤੇ ਥੋੜੇ ਬਹੁਤ ਤਸੀਹੇ ਝੱਲੇ, ਪਰ ਇਹਨਾਂ ਵਿੱਚੋਂ ਗੁਲਾਬ ਸਿੰਘ ਕਮਜ਼ੋਰ ਵਿਰਤੀ ਦਾ ਸੀ, ਉਹ ਉਹਨਾਂ ਗੋਰਿਆਂ ਦੇ ਤਸੀਹੇ ਨਾ ਚੱਲ ਸਕਿਆ, ਆਖਿਰਕਾਰ ਥਿੜਕ ਗਿਆ। ਉਹਨੇ ਜਿੱਥੇ ਬਾਕੀਆਂ ਦੇ ਨਾਮ ਦੱਸੇ, ਜਿਹੜੇ ਲੋਕਾਂ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਬੁੱਚੜ ਮਾਰੇ ਸਨ, ਉਹਨਾਂ ਦੇ ਨਾਮ ਵੀ ਦੱਸ ਦਿੱਤੇ। ਗੋਰਿਆਂ ਨੂੰ ਪਕੜਨਾ ਸੌਖਾ ਹੋ ਗਿਆ। ਆਖਿਰਕਾਰ ਜਨਵਰੀ 1872 ਨੂੰ ਇੱਕ ਹੋਰ ਕਾਰਨ ਬਣਿਆ, ਇਹ ਜਿਹੜੇ ਪਹਿਲਾਂ ਪਕੜੇ ਸਨ ਇਹਨਾਂ ਵਿੱਚੋਂ ਕੁਝ ਇੱਕ ਨੂੰ ਗੋਰਿਆਂ ਨੇ ਫਾਂਸੀ ਦੀ ਸਜ਼ਾ ਦੇ ਦਿੱਤੀ, ਮੁਕੱਦਮਾ ਚੱਲਿਆ, ਉਹਦੇ ਵਿੱਚੋਂ ਕੁਝ ਇੱਕ ਨੂੰ ਫਾਂਸੀ ਸਜ਼ਾ ਦੇ ਦਿੱਤੀ, ਕੁਝ ਇੱਕ ਨੂੰ ਸਜ਼ਾ ਦੁਨਿਆਵੀ ਤੌਰ ਤੇ ਕੈਦ ਕੀਤਾ। ਇਹ ਅੱਗ ਭੱਖੀ ਹੋਈ ਸੀ, ਇਹ ਗੱਲ ਗਰਮ ਸੀ ਬਹੁਤ ਜ਼ਿਆਦਾ। ਅਚਾਨਕ ਜਨਵਰੀ 1872 ਨੂੰ ਉਦੋਂ ਭੈਣੀ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ, ਕਿਉਂਕਿ ਬਾਬਾ ਰਾਮ ਸਿੰਘ ਤਾਂ ਬਾਹਰ ਨਹੀਂ ਸੀ ਜਾ ਸਕਦੇ, ਇਹਨਾਂ ਦੀ ਮਨਾਹੀ ਸੀ, ਤੇ ਉੱਥੇ ਸਮਾਗਮ ਦੇ ਵਿੱਚ ਬਹੁਤਾਤ ਲੋਕ ਇਕੱਠੇ ਹੋਏ, ਇਹਨਾਂ ਦੇ ਉਪਾਸ਼ਕ ਇਕੱਠੇ ਹੋਏ। ਉਹ ਜਦੋਂ ਵਾਪਸੀ ਤੇ ਗਏ, ਸਮਾਗਮ ਬਿਲਕੁਲ ਠੀਕ ਹੋ ਗਿਆ, ਸਮਾਗਮ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਭਾਵੇਂ ਬਾਬਾ ਰਾਮ ਸਿੰਘ ਕਿਤੇ ਨਾ ਕਿਤੇ ਸਰਕਾਰੀ ਟਕੋਰ ਲਾਉਂਦੇ ਰਹਿੰਦੇ ਸਨ, ਪਰ ਖੈਰ ਜੋ ਕੁਝ ਵੀ ਵਰਤਿਆ, ਆਪਾਂ ਗੱਲ ਨੇੜੇ ਰੱਖੀਏ। ਉਹ ਜਾਂਦੇ ਹੋਏ ਵਾਪਸ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਭਈ ਅਸੀਂ ਹੋਰ ਮਲੇਰਕੋਟਲੇ ਦੇ ਬੁੱਚੜਾਂ ਨੂੰ ਮਾਰਨਾ ਹੈ। ਇਸ ਗੱਲ ਦੀ ਭਾਵਨਾ ਵਾਸਤੇ ਮਲੌਦ ਦੇ ਵਿੱਚੋਂ, ਮਲੇਰਕੋਟਲੇ ਦੇ ਲਾਗੇ ਹੀ ਹੈ, ਉਹਨੂੰ ਮਲੌਦ ਦੇ ਵਿੱਚੋਂ ਕੁਝ ਇੱਕ ਲੋਕਾਂ ਨੇ ਘਰੋਂ ਹਥਿਆਰ ਲੁੱਟੇ, ਆਖਿਰਕਾਰ ਮਲੇਰਕੋਟਲੇ ਦੇ ਬੁੱਚੜਖਾਨੇ ਤੇ ਜਾ ਕੇ ਹਮਲਾ ਕਰ ਦਿੱਤਾ। ਹਮਲਾ ਕਰਨ ਦੀ ਸਕੀਮ ਸੀ, ਪਰ ਇਹ ਗੱਲ ਪ੍ਰਗਟ ਹੋ ਗਈ ਜਿਹਦਾ ਕਾਰਨ ਕਿ ਉਸ ਵੇਲੇ ਦਾ DC ਡਿਪਟੀ ਕਮਿਸ਼ਨਰ ਐਲ ਕਾਵਨ, ਉਹਨੇ ਉੱਥੇ ਪਹੁੰਚ ਕੇ ਕੁਝ ਇੱਕ ਕੁੱਕਿਆਂ ਨੂੰ ਗ੍ਰਿਫਤਾਰ ਕਰ ਲਿਆ। 68 ਦਾ ਜ਼ਿਕਰ ਹੁੰਦਾ ਹੈ, ਤੇ ਉਹਦੇ ਵਿੱਚੋਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ, 66 ਨੂੰ ਫਿਰ ਦੁਬਾਰੇ ਤੋਪਾਂ ਨਾਲ ਉਡਾ ਦਿੱਤਾ ਗਿਆ, ਮੌਤ ਦੀ ਸਜ਼ਾ ਦਿੱਤੀ ਗਈ ਆਪਣੀ ਦਹਿਸ਼ਤ ਪੈਦਾ ਕਰਨ ਵਾਸਤੇ, ਤੇ ਇਹ ਜੋ ਜੋ ਕੁਝ ਸਿਰ ਚੁੱਕਦਾ ਸੀ ਤਿਉਂ ਤਿਉਂ ਸਜ਼ਾਵਾਂ ਦਿੰਦੇ ਸਨ। ਆਖਿਰ ਇਹ ਘਟਨਾ ਦੇ ਵਿੱਚ ਭਾਵੇਂ ਬਾਬਾ ਰਾਮ ਸਿੰਘ ਦਾ ਕੋਈ ਹੱਥ ਨਹੀਂ ਸੀ, ਉਹ ਜਾਂਦੇ ਸੇਵਕਾਂ ਨੇ ਆਪਣਾ ਫੈਸਲਾ ਲਿਆ ਸੀ, ਪਰ ਇਹਦਾ ਅਸਰ ਤਾਂ ਜ਼ਰੂਰ ਹੋਣਾ ਸੀ, ਕਿਉਂਕਿ ਆਖਿਰਕਾਰ ਉਹਨਾਂ ਦੇ ਚੇਲੇ ਸਨ। ਇਹਦਾ ਕਾਰਨ ਇਹ ਬਣਿਆ, 17 ਜਨਵਰੀ 1872 ਨੂੰ ਬਾਬਾ ਰਾਮ ਸਿੰਘ ਜੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਉਸ ਤੋਂ ਬਾਅਦ ਇਲਾਹਾਬਾਦ ਭੇਜਿਆ ਗਿਆ। ਇਲਾਹਾਬਾਦ ਤੋਂ ਬਾਅਦ ਜਿਵੇਂ ਮਹਾਰਾਜਾ ਦਲੀਪ ਸਿੰਘ ਨਾਲ ਇਹਨਾਂ ਨੇ ਕੀਤਾ ਸੀ,
ਉਸੇ ਤਰ੍ਹਾਂ ਬਾਬਾ ਰਾਮ ਸਿੰਘ ਜੀ ਉਹਨਾਂ ਨਾਲ ਕੀਤਾ। ਉੱਥੋਂ ਇਹਨਾਂ ਨੂੰ ਰੰਗੂਨ ਭੇਜ ਦਿੱਤਾ ਗਿਆ। ਆਖਿਰਕਾਰ ਰੰਗੂਨ ਦੇ ਵਿੱਚ ਜਿੱਥੇ ਇਹਨਾਂ ਨੂੰ 1885 ਦੇ ਵਿੱਚ ਦੇਹਾਂਤ ਹੋ ਗਿਆ ਤੇ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ। ਇਹਨਾਂ ਦੇ ਮਗਰੋਂ ਇਹਨਾਂ ਦੀ ਗੱਦੀ ਦੇ ਉੱਤੇ ਜਿਹੜਾ ਉਹ ਬਾਬਾ ਬੁੱਧ ਸਿੰਘ ਜਿਹੜਾ ਇਹਦਾ ਭਰਾ ਸੀ ਉਹਦਾ ਨਾਂ ਬਦਲ ਕੇ ਹਰੀ ਸਿੰਘ ਰੱਖਿਆ ਗਿਆ ਤੇ ਉਹ ਬੈਠਿਆ। ਉਸ ਤੋਂ ਬਾਅਦ ਬਾਬਾ ਪ੍ਰਤਾਪ ਸਿੰਘ ਹੋਰੀ ਬੈਠੇ ਤੇ ਇਹਨਾਂ ਨੇ ਇੱਕ ਗੱਲ ਹੋਰ ਇੱਥੇ ਬੜੀ ਵੱਡੀ ਸ਼ੁਰੂ ਹੋ ਗਈ। ਇਹ ਹੁਣ ਜਿਹੜੇ ਜਾਨਾ ਹੁਣ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ ਬਾਬਾ ਬਾਲਕ ਸਿੰਘ ਨੇ ਤੇ ਬਾਬਾ ਰਾਮ ਸਿੰਘ ਜੀ ਹੋਰਾਂ ਨੇ ਇਹਨਾਂ ਨੇ ਸਿੱਖੀ ਦੇ ਵਿੱਚ ਵਫ਼ਾਦਾਰ ਹੋ ਕੇ ਵਿਚਰੇ ਨੇ। ਪਰ ਬਦਕਿਸਮਤੀ ਹੁਣ ਜਿਹੜੀ ਮਾਣ ਪ੍ਰਤਿਸ਼ਠਾ ਵਡਿਆਈ ਮਿਲ ਜਾਏ ਜਿਵੇਂ ਆਪਾਂ ਪਿੱਛੇ ਜ਼ਿਕਰ ਕੀਤਾ ਕੁਰਾਹੇ ਪੈ ਜਾਂਦੇ ਨੇ ਲੋਕ। ਆਖਿਰਕਾਰ ਇਹਨਾਂ ਨੇ ਹੁਣ ਉਸ ਬਾਬਾ ਬਾਲਕ ਸਿੰਘ ਨੂੰ 11ਵਾਂ ਗੁਰੂ, ਹਰੀ ਸਿੰਘ ਨੂੰ 12ਵਾਂ ਗੁਰੂ ਤੇ ਨਾਲ ਹੀ ਪ੍ਰਤਾਪ ਸਿੰਘ ਨੂੰ 13ਵਾਂ ਗੁਰੂ ਬਣਾ ਕੇ ਆਪ ਇਹਨਾਂ ਨੇ ਕੋਸ਼ਿਸ਼ ਕੀਤੀ ਆਪਣੀ ਦੇਹਧਾਰੀ ਗੁਰੂ ਦੀ ਗੱਦੀ ਜਿਹੜੀ ਹੈ ਉਹ ਵੱਖਰੀ ਬਰਕਰਾਰ ਕਰ ਗਈ। ਇਹਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਵਿਚਾਰਧਾਰਾ ਨੂੰ ਠੋਕਰ ਮਾਰਨ ਲੱਗ ਪਏ। 1922 ਦੇ ਵਿੱਚ ਇੱਥੋਂ ਤੱਕ ਕਿ ਖੁੱਲ੍ਹ ਕੇ ਅੱਗੇ ਆਏ ਨੇ, ਇਹਨਾਂ ਨੇ ਕੋਸ਼ਿਸ਼ ਕੀਤੀ ਹੈ। ਉਹਦੇ ਦਰਮਿਆਨ ਇਹਨਾਂ ਨੇ ਕੀ ਕੀਤਾ, 1922 ਦੇ ਵਿੱਚ ਮਹੰਤ ਨਰੈਣੂ ਦੀਆਂ ਮੀਟਿੰਗਾਂ ਵਿੱਚ ਜਾਂਦੇ ਰਹੇ ਔਰ ਉਹਨਾਂ ਦਾ ਪੂਰਾ ਸਾਥ ਦਿੱਤਾ, ਕਿਉਂਕਿ ਹੁਣ ਇਹ ਵੀ ਖੁਦ ਦੇਹਧਾਰੀ ਗੁਰੂ ਬਣ ਬੈਠੇ ਸਨ ਤੇ ਜਿਹੜੇ ਦੇਹਧਾਰੀ ਗੁਰੂਆਂ ਦੀ ਪ੍ਰਥਾ ਨੂੰ ਠੋਕਰ ਮਾਰ ਰਹੇ ਸਨ ਗੁਰੂ ਕੇ ਸਿੱਖ ਤੇ ਉਹਨਾਂ ਦਾ ਵਿਰੋਧ ਕਰ ਰਹੇ ਸਨ ਤੇ ਇਹਨਾਂ ਨੇ ਸੋਚਿਆ ਵੀ ਕੱਲ੍ਹ ਸਾਡਾ ਵੀ ਵਿਰੋਧ ਹੋਵੇਗਾ। ਇਹ 1922 ਦੀਆਂ ਮਹੰਤ ਨਰੈਣੂ ਦੀਆਂ ਮੀਟਿੰਗਾਂ ਚ ਵੀ ਜਾਂਦੇ ਰਹੇ, ਖੁੱਲ੍ਹ ਕੇ ਸ਼ਰੀਕ ਬਣ ਕੇ ਸਿੱਖੀ ਦੇ ਵਿਹੜੇ ਵਿੱਚ ਸਿੱਖੀ ਦੀ ਕੁੱਖ ਵਿੱਚੋਂ ਜਨਮ ਲੈ ਕੇ ਸਿੱਖੀ ਲਈ ਵੈਰੀ ਬਣ ਬੈਠੇ। ਆਖਿਰ 1941 ਦੇ ਵਿੱਚ ਇਹਨਾਂ ਕੋਲੋਂ ਮਹਾਰਾਜ ਨੇ ਕਿਹੋ ਜਿਹਾ ਕਰਮ ਕਰਵਾਇਆ ਜਿਹਦਾ ਕਾਰਨ ਕਿ ਸਿੱਖ ਜਗਤ ਦੇ ਵਿੱਚ ਇਹਨਾਂ ਦੀ ਤਸਵੀਰ ਉੱਗੜ ਕੇ ਸਾਹਮਣੇ ਆ ਗਈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇਹ ਗੁਰੂ ਤਾਂ ਮੰਨਦੇ ਨਹੀਂ ਸੀ ਕਿਉਂਕਿ ਇਹ ਤਾਂ ਆਪਣੇ ਤੌਰ ਤੇ ਦੇਹਧਾਰੀ ਗੁਰੂ ਦੀ ਪ੍ਰਥਾ ਲੈ ਕੇ ਚਲੇ ਗਏ। ਹਾਲਾਂਕਿ ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ, ਡਾਕਟਰ ਗੰਡਾ ਸਿੰਘ ਨੇ ਇੱਕ ਕਿਤਾਬ ਲਿਖੀ ਸੀ ਕੁੱਕਿਆਂ ਦੀ ਮਿੱਥਿਆ, ਉਹਦੇ ਵਿੱਚ ਉਹਨਾਂ ਨੇ ਭਾਈ ਰਾਮ ਸਿੰਘ ਹੋਰਾਂ ਦੀਆਂ ਕੁਝ ਚਿੱਠੀਆਂ ਦਾ ਜ਼ਿਕਰ ਕੀਤਾ ਹੋਇਆ। ਜਿਹੜੀਆਂ ਚਿੱਠੀਆਂ ਵਿੱਚ ਜ਼ਿਕਰ ਕੀਤਾ ਬਕਾਇਦਾ ਭਾਈ ਰਾਮ ਸਿੰਘ ਹੋਰਾਂ ਨੇ ਕਿਹਾ ਸੀ ਭਾਈ ਮੈਂ ਕੋਈ ਗੁਰੂ ਨਹੀਂ, ਮੈਂ ਤਾਂ ਬਲਕਿ ਇੱਕ ਇਸ ਘਰ ਦਾ ਸੇਵਾਦਾਰ ਹੈ ਤੇ ਮੈਂ ਤਾਂ ਹੁਕਮੀ ਬੰਦਾ, ਮੈਂ ਹੁਕਮੀ ਬੰਦਾ ਹੋ ਕੇ ਘਰ ਕਮਾਉਣੀ ਚਾਹੁੰਦਾ। ਪਰ ਮਗਰਲਿਆਂ ਨੇ ਹੁਣ ਜਦੋਂ ਇਸ ਤਰ੍ਹਾਂ ਦਾ ਪ੍ਰਭਾਵ ਬਣਾ ਲਿਆ ਸੀ ਤੇ ਉਹ ਕਿੱਥੋਂ ਮੁੜਦੇ ਨੇ। 1941 ਦੇ ਵਿੱਚ ਇੱਕ ਘਟਨਾ ਘਟੀ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਲਤ ਨੂੰ ਉਖੇੜ ਕੇ ਉਹਦੇ ਇੱਕ ਇੱਕ ਪੰਨਾ ਕਰਕੇ ਆਪਣੇ ਸੇਵਕਾਂ ਨੂੰ ਦੇ ਲੈਣਾ ਤੇ ਇੱਕ ਇੱਕ ਪੰਨੇ ਦੇ ਉੱਤੇ ਪਾਠ ਕਰ ਲੈਣਾ। ਜੇ ਹੁਣ ਉੱਥੇ ਮੰਨ ਲਓ ਵੀ 1000 ਬੰਦਾ ਆਇਆ, 2000 ਬੰਦਾ ਆਇਆ, ਉਹ 2000 ਬੰਦੇ ਨੂੰ 1430 ਪੰਨੇ ਦੇ ਲੈਣੇ, ਉਹ ਇੱਕ ਪੰਨੇ ਨੂੰ ਪੜ੍ਹਦੇ ਇੱਕ ਮਿੰਟ ਲੱਗਦਾ ਤੇ ਇੱਕ ਮਿੰਟ ਦੇ ਵਿੱਚ ਅਖੰਡ ਪਾਠ ਸਾਹਿਬ ਕਰਨ ਲੱਗ ਪਏ। ਇਹ ਇੱਕ ਨਵੀਂ ਰੀਤ ਇਹਨਾਂ ਨੇ ਪੈਦਾ ਕੀਤੀ ਜਿਹਦਾ ਸਿੱਖ ਜਗਤ ਵਿੱਚ ਬਹੁਤ ਜ਼ਿਆਦਾ ਵਿਰੋਧ ਹੋਇਆ। ਆਖਿਰਕਾਰ ਕੀ ਹੋਇਆ, ਸਮਾਂ ਪਾ ਕੇ ਇਹਨਾਂ ਨੇ ਵੀ ਇਸ ਤਰ੍ਹਾਂ ਦੇ ਕਰਮ ਕਰਨੇ ਸ਼ੁਰੂ ਕਰ ਦਿੱਤੇ ਜਿਹਦਾ ਸਿੱਖ ਜਗਤ ਨੇ ਰੱਜ ਕੇ ਵਿਰੋਧ ਕੀਤਾ। ਆਖਿਰਕਾਰ ਕਹਿਣ ਤੋਂ ਮੁਰਾਦ ਇੱਕ ਵਕਤ ਐਸਾ ਆਇਆ ਇਹ ਛੱਡ ਕੇ ਗੁਰੂ ਘਰ ਦੀਆਂ ਸਾਰੀਆਂ ਰੋ ਰੀਤਾਂ ਨੂੰ ਇੱਕ ਦੇਹਧਾਰੀ ਪ੍ਰਥਾ ਬਣ ਕੇ ਜਿਹੜੇ ਸਿੱਖੀ ਦੇ ਵਿਹੜੇ ਵਿੱਚੋਂ ਪੈਦਾ ਹੋਏ ਸਾਨੂੰ ਸਿੱਖੀ ਦਾ ਹੀ ਲਹੂ ਪੀਣ ਵਾਲੇ ਬਣ ਗਏ। ਇੱਕ ਉਸ ਵੇਲੇ ਲਹਿਰ ਇਹ ਪੈਦਾ ਹੋਈ ਜਿਹਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹਰ ਤਰੀਕੇ ਅਸੀਂ ਇਸ ਸਿੱਖੀ ਦੀ ਜੜ ਪੁੱਟਣ ਵਿੱਚ ਪੂਰੀ ਕੋਸ਼ਿਸ਼ ਕਰੀਏ। ਅਗਲੀ ਲਹਿਰ ਦਾ ਜ਼ਿਕਰ ਕਰਨਾ ਚਾਹੁੰਦਾ, ਇਹਦਾ ਇਤਿਹਾਸ ਵਿੱਚ ਜ਼ਿਕਰ ਜਾਂ ਅੱਜ ਵੀ ਨਿਰੰਕਾਰੀ ਲਹਿਰ ਕਿਹਾ ਜਾਂਦਾ। ਇਹਦੀ ਸ਼ੁਰੂਆਤ ਹੋਈ ਸੀ ਬਾਬਾ ਦਿਆਲ ਦਾਸ ਤੋਂ। 1783 ਦੇ ਵਿੱਚ ਮਲਹੋਤਰਾ ਖੱਤਰੀ ਪਰਿਵਾਰ ਦੇ ਵਿੱਚੋਂ ਕਾਬਲ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਪਰ ਥੋੜਾ ਜਿਹਾ ਸਮਾਂ ਉੱਥੇ ਰਹੇ, ਆਪਣੀ ਇੱਕ ਦੁਕਾਨਦਾਰੀ ਦੇ ਮਸਲੇ ਵਿੱਚ ਉੱਠ ਕੇ ਪਿਸ਼ਾਵਰ ਆ ਗਏ, ਪਿਸ਼ਾਵਰ ਤੋਂ ਚੱਲ ਕੇ ਰਾਵਲਪਿੰਡੀ ਆ ਗਏ, ਇੱਥੇ ਆ ਕੇ ਕਰਿਆਨੇ ਦੀ ਦੁਕਾਨ ਉਵੇਂ ਕਰਦੇ ਰਹੇ। ਵਕਤ ਆਪਣੀ ਤੋਰ ਤੁਰਿਆ। 1809 ਦੇ ਵਿੱਚ ਚੇਤਰ ਦਾ ਮਹੀਨਾ ਸੀ, ਇਹਨਾਂ ਨੂੰ ਚਰਨ ਦਾਸ ਨਾਂ ਦੇ ਇੱਕ ਬੰਦੇ ਨੇ ਆਪਣੀ ਧੀ ਦਾ ਰਿਸ਼ਤਾ ਕਰ ਦਿੱਤਾ ਤੇ ਇਹਨਾਂ ਨੇ ਆਨੰਦ ਕਾਰਜਾਂ ਵਾਸਤੇ ਜਾਂ ਉਸ ਵੇਲੇ ਦੇ ਵਿਆਹ ਵਾਸਤੇ ਇਹਨਾਂ ਨੇ ਪੁਜਾਰੀਆਂ ਤੱਕ ਪਹੁੰਚ ਕੀਤੀ। ਪਰ ਰੱਬ ਦਾ ਸਬੱਬ ਬਣਿਆ ਵੀ ਪੁਜਾਰੀ ਜਿਹੜੇ ਸਨ ਉਹ ਦੇਖਣ ਨੂੰ ਭਾਵੇਂ ਸਿੱਖੀ ਦੇ ਦਾਇਰੇ ਵਿੱਚ ਸਨ ਪਰ ਅੰਦਰੋਂ ਤਾਂ ਵਿਪਰਨ ਕੀ ਰੀਤ ਦੇ ਧਾਰਨੀ ਸਨ। ਜਿਹਦਾ ਕਾਰਨ ਕੀ ਬਣਿਆ, ਉਹਨਾਂ ਨੇ ਚੇਤਰ ਦੇ ਮਹੀਨੇ
मार्च दे महीने ते ए कार्ज करने ओ नहीं करदे हिंदू रीति दे अनुसार उन्होंने मना कर दिता। इन्होंने विआह करवाना सी क्योंकि अधिकार नहीं है भाई एहो जिहा लहरा दे मुखिया नू अचानक इस तरह का प्रभाव कदे कदाई बनता सी बहुत अनिज बनिया जिदे कारण करके उन्होंने सोचा भी रिश्ता हो रहा है ते इनू छड़ना नहीं चाहिदा। उन्होंने उस वेले लावां दे नाल विआह करवाया। ਇਹ ਗੱਲ ਚੇਤਾ ਰੱਖਣ ਵਾਲੀ ਫਿਰ ਦੁਬਾਰੇ ਬੇਨਤੀ ਕਰਦੇ ਆ। ਅਕਾਲੀ ਫੂਲਾ ਸਿੰਘ ਤੋਂ ਬਾਅਦ ਵਿਚ ਲੰਮਾ ਸਮਾਂ ਡੋਗਰਿਆਂ ਨੇ ਗੁਰਮਤ ਦੀਆਂ ਸਾਰੀਆਂ ਰੀਤਾਂ ਦੀ ਤਬਾਹੀ ਕਰਕੇ ਇਹਨੂੰ ਵਿਪਰਨ ਕੀ ਰੀਤ ਦੇ ਬੁੱਕੜ ਵਿਚ ਪੂਰੇ ਦੀ ਤਰ੍ਹਾਂ ਸਮਰਪਿਤ ਕਰ ਦਿੱਤਾ ਸੀ ਜਿਹਦਾ ਕਾਰਨ ਕੀ ਬਣਿਆ। ਉਸ ਵੇਲੇ ਬੇਦੀਆਂ ਕੱਢ ਕੇ ਅੱਗ ਦੇ ਦੁਆਲੇ ਫੇਰੇ ਦੇ ਕੇ ਆਮ ਲੋਕੀ ਇਸ ਤਰ੍ਹਾਂ ਵਿਆਹ ਕਰਵਾਉਂਦੇ ਸਨ। ਖੈਰ ਇਹਨੇ ਲਾਵਾਂ ਦੇ ਨਾਲ ਵਿਆਹ ਕਰਵਾਇਆ। ਇੱਕ ਚੰਗੀ ਗੱਲ ਸੀ, ਬਹੁਤ ਅੱਛੀ ਸ਼ੁਰੂਆਤ ਸੀ, ਇਹਦੀ ਬੜੀ ਚਰਚਾ ਹੋਈ, ਇਸ ਗੱਲ ਦੀ ਮਸ਼ਹੂਰੀ ਮਿਲ ਗਈ, ਜਿਹਦਾ ਕਾਰਨ ਕੀ ਬਣਿਆ। ਰਾਵਲਪਿੰਡੀ ਦੇ ਵਿੱਚ ਇਹਨੇ ਉਸ ਵੇਲੇ ਕਰਮ ਕਾਂਡਾਂ ਦੇ ਵਿਰੁੱਧ ਕਥਾ ਵੀ ਕਰਨੀ ਸ਼ੁਰੂ ਕਰ ਦਿੱਤੀ। ਦਿਆਲ ਦਾਸ ਨੇ ਸਿੱਖ ਸੰਗਤਾਂ ਨੇ ਸਤਿਕਾਰ ਵੀ ਬੜਾ ਦਿੱਤਾ। ਉਸ ਵੇਲੇ ਦੇ ਕਰਮ ਕਾਂਡ ਇਹ ਜਿਹੜੇ ਬਾਕੀ ਸਨ ਉਹਨਾਂ ਦੀ ਸਾਰਿਆਂ ਦੀ ਸਖ਼ਤ ਨਿਖੇਧੀ ਕੀਤੀ। ਸਿੱਖ ਜਗਤ ਇਹ ਗੱਲ ਚਾਹੁੰਦਾ ਸੀ, ਬੜਾ ਅਦਬ ਸਤਿਕਾਰ ਬਣਿਆ। ਦਿਆਲ ਦਾਸ ਨੇ ਆਖਿਰਕਾਰ ਕੁਝ ਸਮੇਂ ਤੋਂ ਬਾਅਦ ਇੱਕ ਨਵਾਂ ਪਖੰਡ ਰਚ ਲਿਆ। ਉਹ ਇਹ ਰਚਿਆ, ਲੋਕਾਂ ਨੇ ਵਿੱਚ ਇਹ ਗੱਲ ਪ੍ਰਗਟ ਕੀਤੀ ਵੀ ਮੈਂ ਨਿਰੰਕਾਰ ਦੇ ਦਰਬਾਰ ਗਿਆ ਸੀ ਤੇ ਪਰਮੇਸ਼ਰ ਦੇ ਦਰਬਾਰ ਜਾ ਕੇ ਉੱਥੇ ਜੋ ਕੁਝ ਮੈਂ ਵੇਖਿਆ ਉੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਹੋਰ ਗੁਰੂ ਬੈਠੇ ਸਨ ਜਿਨ੍ਹਾਂ ਨੇ ਇਹ ਗੱਲ ਮੈਨੂੰ ਕਹੀ ਭਈ ਦਿਆਲ ਦਾਸ ਤੈਨੂੰ ਦੁਨੀਆਂ ਵਿੱਚ ਜਾ ਕੇ ਹੁਣ ਤੈਨੂੰ ਪ੍ਰਚਾਰ ਕਰਨਾ ਚਾਹੀਦਾ ਜਿਹੜੀ ਸਿੱਖੀ ਗੁਰੂ ਨਾਨਕ ਸਾਹਿਬ ਜੀ ਨੇ ਪੈਦਾ ਕੀਤੀ ਸੀ, ਜਿਹੜੀ ਸਿੱਖੀ ਗੁਰੂ ਗੋਬਿੰਦ ਸਿੰਘ ਜੀ ਨੇ ਪੈਦਾ ਕੀਤੀ ਸੀ, ਉਹਦੇ ਵਿੱਚ ਬਹੁਤ ਕੁਰੀਤੀਆਂ ਦਾ ਵਾਧਾ ਹੋ ਗਿਆ ਤੇ ਤੁਹਾਡੇ ਉੱਤੇ ਅਸੀਂ ਮਿਹਰ ਭਰੇ ਹੱਥ ਰੱਖਨੇ ਆ। ਇਸ ਵੇਲੇ ਤੁਸੀਂ ਗੁਰੂ ਬਣ ਕੇ ਵਿਚਰੋ ਤੇ ਤੁਸੀਂ ਇਸ ਜਿਹੜੇ ਕੁਕਰਮਾਂ ਦੀ ਗੱਲ ਹੈ ਉਹਨੂੰ ਠੱਲ ਪਾਵੋ। ਇਹਨੇ ਇਹ ਪਖੰਡ ਰਚ ਲਿਆ ਤੇ ਗੁਰਬਾਣੀ ਦੇ ਇੱਕ ਸ਼ਬਦ ਦਾ ਸਹਾਰਾ ਲਿਆ, ਉਹ ਗੱਲ ਪ੍ਰਚਲਿਤ ਕਰ ਦਿੱਤੀ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ। ਇਹ ਮੁਬਾਰਕ ਸ਼ਬਦ ਦਾ ਇਹਨੇ ਆਸਰਾ ਲਿਆ। ਇਹਦੇ ਅਰਥ ਇਹ ਕੀਤੇ ਆਪਣੀ ਮਰਜ਼ੀ ਦੇ ਨਾਲ ਵੀ ਜੇ ਸਤਿਗੁਰੂ ਦਿਆਲ ਹੋਵੇ, ਇਹਦਾ ਅਰਥ ਇਹ ਨਹੀਂ ਕੀਤਾ ਵੀ ਸਤਿਗੁਰੂ ਦੀ ਰਹਿਮਤ ਹੋਵੇ, ਇਹਦੇ ਅਰਥ ਕੀਤੇ ਵੀ ਜੇ ਸਤਿਗੁਰੂ ਦਿਆਲ ਨਾਂ ਦਾ ਬੰਦਾ ਹੋਵੇ, ਦਿਆਲ ਨਾਂ ਦਾ ਬੰਦਾ ਜੇ ਗੁਰੂ ਬਣ ਕੇ ਆਵੇ ਤਾਂ ਸ਼ਰਧਾ ਪੂਰੀ ਹੁੰਦੀ ਹੈ। ਜੇ ਦਿਆਲ ਨਾਂ ਦਾ ਬੰਦਾ ਇਸ ਤਰ੍ਹਾਂ ਗੁਰੂ ਬਣ ਕੇ ਵਿਚਰੇ ਤਾਂ ਉਹ ਫਿਰ ਜੀਵ ਕਦੇ ਨਹੀਂ ਝੂਰਦੇ। ਅਣਜਾਣ ਲੋਕ ਸਨ, ਅਸੀਂ ਬਹੁਤ ਨਾਜ਼ੁਕ ਜਿਹਾ ਰਿਸ਼ਤਾ ਗੁਰੂ ਨਾਲ ਰੱਖਦੇ ਹਾਂ, ਹਾਲਾਂਕਿ ਗੁਰੂ ਨੇ ਬਹੁਤ ਗਹਿਰਾ ਰਿਸ਼ਤਾ ਸਾਡੇ ਨਾਲ ਰੱਖਿਆ। ਜਿੱਥੇ ਵੀ ਕਿਤੇ ਸਾਨੂੰ ਲੋੜ ਪਈ, ਗੁਰੂ ਨੇ ਸਾਡੇ ਨਾਲ ਰਿਸ਼ਤਾ ਨਿਭਾਉਣ ਲੱਗੇ ਹਾਂ। ਬਿਲਕੁਲ ਕਿਤੇ ਕਚਾਈ ਨਹੀਂ ਦਿਖਾਈ, ਕਿਤੇ ਆਪਣੀ ਕਮਜ਼ੋਰੀ ਨਹੀਂ ਦਿਖਾਈ, ਪਰ ਅਸੀਂ ਇਤਨਾ ਕਮਜ਼ੋਰ ਰਿਸ਼ਤਾ ਰੱਖੀ ਬੈਠੇ ਹਾਂ। ਜਦ ਵੀ ਕਦੇ ਕੋਈ ਅੱਜ ਦੇ ਸਮੇਂ ਤੱਕ ਜਦ ਵੀ ਕਦੇ ਕੋਈ ਬਾਹਰ ਨਿਕਲ ਕੇ ਇਸ ਤਰ੍ਹਾਂ ਦਾ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹੈ ਸਿੱਖੀ ਦੇ ਵਿਹੜੇ ਵਿੱਚ ਆ ਕੇ ਗੰਦ ਪਾਉਣ ਦੀ, ਅਸੀਂ ਉਹਦੇ ਮਦਦਗਾਰ ਬਣ ਜਾਂਦੇ, ਆਪਣੇ ਸਤਿਗੁਰੂ ਦੀ ਬਖਸ਼ਿਸ਼ ਦਾ ਪੱਲਾ ਹਰ ਵਾਰੀ ਛੱਡ ਕੇ ਠੋਕਰ ਖਾ ਕੇ ਮੁੜਾਉਂਦੇ। ਧੰਨ ਹੈ ਗੁਰਦੇਵ ਜਿਹੜਾ ਮੁੜ ਕੇ ਸਾਨੂੰ ਫਿਰ ਆਪਣੇ ਗੱਲ ਨਾਲ ਲਾ ਲੈਂਦਾ, ਪਰ ਅਸੀਂ ਕਦੇ ਕੋਈ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ, ਕਸਰ ਨਹੀਂ ਛੱਡਦੇ। ਇਸੇ ਤਰ੍ਹਾਂ ਪਿਆਰ ਵਾਲਿਓ, ਇਹ ਲੋਕ ਜਿਹੜੇ ਕੁਝ ਭੁੱਲਣ ਲੋਕ ਸਨ ਉਹ ਇਸ ਪਾਸੇ ਇਸ ਦੇ ਦੱਸੇ ਹੋਏ ਰਾਹ ਤੇ ਤੁਰਨ ਲੱਗ ਪਏ, ਗੁਰਮਤ ਦਾ ਪੱਲਾ ਛੱਡ ਦਿੱਤਾ ਉਹਨਾਂ ਨੇ। ਆਖਿਰਕਾਰ ਕੀ ਹੋਇਆ, 1855 ਨੂੰ ਇਸ ਦਿਆਲ ਦਾਸ ਦੀ ਮੌਤ ਹੋ ਗਈ। ਮਾਫ ਕਰਨਾ, ਇਹਦੀ ਮੌਤ ਤੋਂ ਮਗਰੋਂ ਇਹਦੇ ਵਚਨਾਂ ਨੂੰ ਪ੍ਰਚਾਰਨ ਵਾਲੇ ਇਹਦੇ ਚੇਲੇ 3 ਦਸੰਬਰ 1851 ਨੂੰ ਇਹਨਾਂ ਨੇ ਇੱਕ ਇਸ ਨਿਰੰਕਾਰੀ ਲਹਿਰ ਦਾ ਇੱਕ ਘਰ ਬਣਾਇਆ ਜਿਹਦਾ ਨਾਂ ਗੁਰਦੁਆਰਾ ਸਾਹਿਬ ਹੀ ਰੱਖਿਆ ਸੀ। ਇਹਦੇ ਦਰਮਿਆਨ 1855 ਨੂੰ ਜਦੋਂ ਮੌਤ ਹੋ ਗਈ ਤੇ ਦਰਬਾਰਾ ਸਿੰਘ ਇਹਦਾ ਮੁਖੀ ਬਣਿਆ। ਦਰਬਾਰਾ ਸਿੰਘ ਨੇ ਵੀ ਕੋਸ਼ਿਸ਼ ਕੀਤੀ ਵੀ ਮੈਂ ਆਪਣੇ ਤੌਰ ਤੇ ਚੰਗਾ ਹੋ ਕੇ ਵਿਚਰ ਸਕਾਂ, ਪਰ ਸਮੇਂ ਨੇ ਕਰਵਟ ਖਾਧੀ। ਇਹ ਮੁਖੀ ਹੋਣ ਦੇ ਨਾਤੇ ਆਪਣੀ ਗੱਦੀ ਨੂੰ ਵੀ ਬਰਕਰਾਰ ਰੱਖਣ ਲੱਗ ਪਏ। ਮੈਂ ਬਿਲਕੁਲ ਸੰਖੇਪ ਰੂਪ ਚ ਬੇਨਤੀ ਕਰਨਾ ਚਾਹੁੰਦਾ, ਫਿਰ ਵੀ ਕੁਝ ਗੁਰਮਤ ਦੀਆਂ ਰੋਹ ਰੀਤਾਂ ਇਹ ਲੈ ਕੇ ਆ ਰਹੇ ਸਨ, ਜਿਵੇਂ ਇਨ੍ਹਾਂ ਨੇ ਵੀ 12 ਮਾਰਚ 1855 ਨੂੰ ਜਾਂ ਦੂਜੀ ਵਾਰੀ 11 ਅਪ੍ਰੈਲ 1862 ਨੂੰ ਆਨੰਦ ਕਾਰਜ ਕਰਵਾਏ, ਜਿਹੜੇ ਮਹੰਤਾਂ ਨੇ ਉਸ ਵੇਲੇ ਬਹੁਤ ਰੌਲਾ ਪਾਇਆ।
खैर इन्होंने कोशिश की, सिख जगत ने थोड़ा बहुत सत्कार भी दिता। 12 फरवरी 1870 दरबारा सिंह की भी मौत हो गई। ए तो बाद एडी गद्दी उत्ते बैठा साहिब रत्ता, ते इन्हां ने हुण पूर्ण तौर ते अपनी गद्दी बना ली सी। साहिब रत्ता भी 3 जनवरी 1909 नूं ए चढ़ाई कर गया, ते एडी चढ़ाई कर जाण तों बाद विच गुरदित सिंह इहदा मुखी बन के विच रिहा। हुण ख्याल करियो जी, गुरदित सिंह तों बाद विच इन्हां पापियां ने की कीता, उन्हां गुरदित सिंह ने अपने कोल इक बूटा सिंह नां दा श्रद्धालु रख्या सी। ओह बड़ा नजदीकी सी, ओनू काफी खुल मिल गई। बूटा सिंह ओने की कीता, शराब पी के धन गुरु ग्रंथ साहिब जी दे अमृत बचना दी विचार करन लग पिया, उल्टी कर दिती। बड़ा विरोध होया इस गल दा। ओने आखिरकार अपने आप नू बचाउण वास्ते इस रावल पिंडी तों गुरदित सिंह ने बूटा सिंह नू वखरा कर दिता, ओनू उत्थों वखरा कर दिता। इन्हे थोड़ा समा रावल पिंडी दे विच विचरिया, पर ओहदे विचों जदों गल ना बनी ते उत्थों छड के पिशौर आ गया। पिशौर दे विच हुण इत्थों इक गल चेता रखियो जे, इह नकली निरंकारी ते असली निरंकारी, वैसे असलियां ने भी बहुत ही वड्डी गल नहीं कीती, चलो इह गल कह सकने वी उहनां ने आनंद कारजां दी करीत ते कुछ समा इह कर्मकांडां दी व्याख्या करके कुछ इक सिक्खी नूं सहयोग पाया सी, पर समा पा के उह भी इस तरां दे लगे। अजकल जेडे एक असली निरंकारी ते नकली निरंकारी दे रूप विच 1947 दे विच मगरों वखरे हो गए सन। खैर जेडे नकली निरंकारी ने उहनां दी आपां गल कर रहे हां। उहनां दे विचों अगे जाके इस बूटा सिंह दा एक उपासक होया अवतार सिंह। अवतार सिंह ने उत्थों छड के पिशौर तों नवीं दिल्ली पहाड़गंज आके एक छोटा जिहा घर किराए ते लै के उत्थों शुरुआत कीती, ते इस संस्था दा नां रख्या संत निरंकारी। आखिरकार ए हुण होछे सन, बंदगी होवे ते बंदे नूं अंदरों रब नाल जोड़दी है, पर जे निरा पखंड होवे उते चंद रोज मगरों खड़क जांदा, सारा कुछ प्रगट हो जांदा। जेहड़े सतगुरु दी रीत नाल कूड़ी कूड़ी अखी मिच के घुमान दी गल करदे ने, उहनां तों सारा पर्दा जेहड़ा पाश हो जांदा, बहुते दिन नहीं चलदा। इहने की कीता, इहने अपने सिर ते मुकट सजाउणे, गद्दी ला के बैठणा, शाही लिबास पहनना। ते एक वक्त आया जिमे गुरु गोबिंद सिंह सच्चे पातशाह ने आता सी इतिहास तो वाकब नहीं है, तां करके असी गल कर रहे हैं, आ सरसे वाली घटनावां साडियां अखां दे सामने वापरियां, ते असी उस लई तां तड़फ रहे हैं, पर ए नहीं ख्याल करदे भई ए गल्लां ए लोक पहलां करदे आ रहे ने। अगे जाके तुहाडे नाल सारी सांझ करांगा। इस वेले ते इन्नी कु गल कहना चाहुंदा है, इहने भी 7 सितारे साजे सन, 7 प्यारे इहने भी साजे सन, ते उदों भी सिख जगत विच थोड़ा बहुत विरोध होया सी, पर बहुता खुल के नहीं सी होया। जिहदा कारण की बनिया, इहने एक कोशिश होर कीती। इस अवतार सिंह ने एक अवतार बाणी बनाई, इहने एक अपना ग्रंथ बनाया। बड़िया उगड़ दुगड़ गल्लां, बड़िया एहो जिहियां असलियत तों दूर दीयां गल्लां, बड़ा इहने कुछ एहो जिहा विच लिखिया जिहड़ा उस वेले अवतार बाणी दे नाल बड़ा प्रसिद्ध होया इन्हां लोकां दे विच। खैर इस तरह हुण इह बिलकुल उकड़ के सामने आ गए सन। इहदे तों बाद इहदा पुत्तर गुरबचना, जिहड़े पापी ने बड़ा लोह पीता जाके सिक्खी दा, आखिरकार इह बैठिया तख्त दे उत्ते, इन्हां दी गद्दी दे उत्ते बैठिया। इहने उदों भी अगला कदम चुक लिया। इहने 28 अक्तूबर 1972 नूं इहने कोशिश कीती अपनी घरवाली नूं कुछ इक पैसिआं दे नाल तोलिया गया। पैसिआं दे नाल तोलदिआं होइआं आखर इहने जिथे अपनी घरवाली नूं पैसिआं नाल तोल के इहनूं राज माता दा खिताब दित्ता गया। ते नाल चलो इह गल्लां चलदिआं सन, कोई गल नहीं, पर इह अपणे इहनां दीआं गल्लां सन। सिक्खी दे सिधांतां नूं उदों ठोकर वज्जी बहुत ज्यादा, सिक्खी दे सिधांतां दा कतल हुंदा नजर आया जदों इहनां ने उह जिहड़ी तराजू विच बिठा के, तकड़ी च बिठा के, एक पासे पैसे ते दूजे पासे अपनी घरवाली नूं बिठा के इहने राज माता दा खिताब दित्ता, ते इस तरह दे कर्म कीते। हैरानी दी गल, उत्ते ने पंक्ति लिखा दित्ती, आपे कंडा आप तराजी। इह रब्बी बाणी दी पंक्ति उत्ते लिखा के फोटो बना के बंडियां। सिख जगत विच इस गल दा विरोध होया, जिहदा कारण की बनिया, इह उगड़ के बिलकुल सामने आए। ते इस पापी गुरबचने ने वक्त दीआं सरकारां दा सहारा लै के फिर किवें अगे होण दी खून दी होली खेडी, ए आपां 1978 तों बाद विच
फिर दोबारे विचार करांगे जदों उस वक्त दी गल आवेगी। मैं सिर्फ ए बेनती हां क्योंकि ए समय दे विच ए लहरां पैदा होईयां सन जिन्हां नूं डोगरियां दा राज होण करके महाराजा रणजीत सिंह दे राज तो बाद विच इहो जिहियां गल्लां वापरन दा मौका मिल गया ते इन्हां लोकां ने रज के अपने वल्लों सिक्खी दी तबाही कीती। ਉਹਨਾਂ ਕੀ ਦਿਨਾਂ ਦੇ ਵਿਚ ਇਕ ਤੀਜੀ ਲਹਿਰ ਪੈਦਾ ਹੋਈ ਜਿਹਨੂੰ ਰਾਧਾ ਸਵਾਮੀਆਂ ਦੇ ਨਾਂ ਨਾਲ ਜਾਣਿਆ ਜਾਂਦਾ। ਇਹਨੇ ਵੀ ਸਮਾਂ ਪਾ ਕੇ ਬੜਾ ਕੁਝ ਆਪਣੇ ਵੱਲੋਂ ਸਿੱਖੀ ਦੇ ਉਜਾੜੇ ਵਿਚ ਵਾਧਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਦਾ ਜਿਹੜਾ ਸ਼ੁਰੂਆਤ ਕੀਤੀ ਸੀ ਸ਼ਿਵ ਦਿਆਲ ਸਿੰਘ ਨੇ ਕੀਤੀ ਸੀ। ਇਹਦਾ ਜਨਮ 25 ਅਗਸਤ 1818 ਨੂੰ ਹੋਇਆ ਸੀ। ਪਿਤਾ ਦਾ ਨਾਂ ਦਿਲਵਾਲੀ ਸਿੰਘ ਸੀ ਤੇ ਮਾਤਾ ਦਾ ਨਾਂ ਮਹਾਮਾਇਆ ਸੀ। ਇਹਨੇ ਸੀ ਬਿਰਤੀਆਂ ਇਹਨਾਂ ਲੋਕਾਂ ਦੀਆਂ ਪਹਿਲਾਂ ਚੰਗੀਆਂ ਪਰ ਸਮਾਂ ਪਾ ਕੇ ਗਲਤ ਹੋਇਆ। ਉੱਤਰ ਪ੍ਰਦੇਸ਼ ਦੇ ਵਿੱਚ ਇਹਨੇ ਕੋਸ਼ਿਸ਼ ਕੀਤੀ। ਆਗਰਾ ਨਗਰ ਦੇ ਨੇੜੇ ਇਹਨੇ ਰਾਧਾ ਸਵਾਮੀਆਂ ਦੀ ਸ਼ੁਰੂਆਤ ਕੀਤੀ। ਇਹਦਾ ਬੜਾ ਅਦਬ ਸਤਿਕਾਰ ਬਣਿਆ ਹੋਇਆ ਸੀ ਤੇ ਇਹਨੇ ਇੱਕ ਗੱਲ ਪ੍ਰਗਟ ਕਰ ਦਿੱਤੀ ਭਈ ਅਸਲ ਵਿੱਚ ਵੈਸੇ ਤਾਂ ਕੁਝ ਇਕ ਵਿਦਵਾਨਾਂ ਨੇ ਇਹ ਵੀ ਜ਼ਿਕਰ ਕੀਤਾ ਵੀ ਇਹਦੀ ਘਰਵਾਲੀ ਦਾ ਨਾਂ ਖੁਸ਼ਵੰਤ ਸਿੰਘ ਹੋਰਾਂ ਨੇ ਜ਼ਿਕਰ ਕੀਤਾ ਵੀ ਇਹਦੀ ਘਰਵਾਲੀ ਦਾ ਨਾਂ ਸੀ ਰਾਧਾ ਤੇ ਇਹਦਾ ਨਾਂ ਸੀ ਸਵਾਮੀ। ਇਹਨੇ ਸ਼ੁਰੂਆਤ ਤਾਂ ਇਹਦੇ ਤੋਂ ਕੀਤੀ ਸੀ ਪਰ ਆਖਿਰਕਾਰ ਇਹਨੇ ਫਿਰ ਇਹਨੇ ਅਰਥ ਤਬਦੀਲ ਕਰ ਦਿੱਤੇ। ਅਰਥ ਇਹ ਤਬਦੀਲ ਕੀਤੇ ਵੀ ਮੈਂ ਇਹ ਧਰਮ ਮੈਂ ਇਹ ਵਿਚਾਰ ਆਪਣੇ ਨਾਂ ਤੇ ਨਹੀਂ ਸ਼ੁਰੂ ਕੀਤੀ ਬਲਕਿ ਇਹਦਾ ਅਰਥ ਤਾਂ ਇਹ ਹੈ ਰਾਧਾ ਦਾ ਮਤਲਬ ਹੈ ਆਤਮਾ ਸਵਾਮੀ ਦਾ ਮਤਲਬ ਸੀ ਇਹ ਪਰਮੇਸ਼ਰ। ਰਾਧਾ ਸਵਾਮੀ ਦਾ ਮਤਲਬ ਬਣਿਆ ਭਈ ਇੱਕ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਕਰਨ ਦਾ ਸਾਧਨ। ਉਸ ਵੇਲੇ ਇਹਨਾਂ ਨੂੰ ਇੱਕ ਵਕਤੀ ਪੁਰਖ ਮਿਲਿਆ ਜਿਹਦਾ ਨਾਮ ਤੁਲਸੀ ਦਾਸ ਲਿਖਿਆ ਹੋਇਆ ਡਾਕਟਰ ਰਤਨ ਸਿੰਘ ਜੱਗੀ ਹੋਰਾਂ ਨੇ ਤੇ ਉਹ ਤੁਲਸੀ ਦਾਸ ਦੇ ਕੋਲੋਂ ਬੜਾ ਪ੍ਰਭਾਵਿਤ ਹੋਏ ਤੇ ਇਸ ਪਾਸੇ ਲੱਗਣ ਲੱਗ ਗਈ। 1861 ਦੇ ਵਿੱਚ ਇਹਨੇ ਵੀ ਇੱਕ ਪਖੰਡ ਰਚਿਆ। ਇਹਨੇ ਵੀ ਦੁਨੀਆਂ ਵਿਚ ਇੱਕ ਪ੍ਰਗਟ ਕੀਤੀ ਗੱਲ ਭਈ ਮੈਨੂੰ ਬ੍ਰਹਮ ਦੇ ਦਰਸ਼ਨ ਹੋ ਗਏ ਨੇ ਤੇ ਇਸ ਵੇਲੇ ਮੈਂ ਉਹ ਬ੍ਰਹਮ ਗਿਆਨੀ ਬਣ ਗਿਆ। ਇੱਕ ਤਾਂ ਸਾਡੀ ਕੌਮ ਨੂੰ ਬਹੁਤਾ ਬ੍ਰਹਮ ਗਿਆਨੀਆਂ ਨੇ ਬਹੁਤ ਮਾਰਿਆ। ਇਹਨਾਂ ਦਾ ਪਿਛੋਕੜ ਬਹੁਤੀ ਵਾਰੀ ਸੁਪਨਿਆਂ ਦਾ ਜਾਂ ਆਪਣੇ ਅਨੁਭਵ ਦਾ ਹੁੰਦਾ। ਉਸ ਪਰਦੇ ਦੇ ਪਿੱਛੇ ਇਤਨਾ ਵੱਡਾ ਪਾਪ ਛੁਪ ਜਾਂਦਾ ਫਿਰ ਜਿਹਨੂੰ ਆਮ ਲੋਕੀ ਸਮਝਣ ਵਿੱਚ ਬਹੁਤ ਸਮਾਂ ਲਾ ਦਿੰਦੇ ਨੇ ਪਰ ਅਸੀਂ ਉਦੋਂ ਸਮਝਦੇ ਹਾਂ ਜਦੋਂ ਸਾਡੀਆਂ ਅੱਖਾਂ ਦੇ ਵਿੱਚ ਅਗਿਆਨਤਾ ਦੇ ਉਹ ਕਿਣਕੇ ਪਾ ਦਿੱਤੇ ਜਾਂਦੇ ਹੈ ਜਿਹਦੇ ਨਾਲ ਸਾਨੂੰ ਗੁਰੂ ਵੀ ਫਿਰ ਗੁਰੂ ਦਿਸਦਾ ਨਹੀਂ ਬਲਕਿ ਅਸੀਂ ਇਹਨਾਂ ਕੁਰਾਹੇ ਰਸਤੇ ਪੈ ਜਾਂਦੇ। ਕਿਤਨੇ ਪਿਆਰੇ ਬੋਲ ਨੇ ਕਈ ਵਾਰੀ ਦਾਸ ਪੜ੍ਹਦਾ ਰੱਬ ਦੇ ਘਰੋਂ ਕਿੰਨੀਆਂ ਦਾਤਾਂ ਮੰਗੀਆਂ ਹੋਈਆਂ ਹੇ ਰੱਬਾ ਜੇ ਤੂੰ ਤੁੱਠਾ ਹੈ ਨਾ ਤਾਂ ਇੱਕ ਕਿਰਪਾ ਕਰੀ ਮੈਨੂੰ ਜ਼ਿੰਦਗੀ ਪਰ ਇੱਕ ਬਖਸ਼ਿਸ਼ ਕਰੀ ਮੈਨੂੰ ਜ਼ਿੰਦਗੀ ਚ ਕਰੇ ਤੇਰੇ ਤੋਂ ਬਿਨਾਂ ਹੋਰ ਕੋਈ ਨਜ਼ਰ ਨਾ ਆਵੇ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵਿਖਾਲ ਇਹਾ ਪਾਈ ਮੂੰਹ ਦਾਤਲੀ ਨਿਤ ਹਿਰਦੈ ਰੱਖਾ ਸੰਭਾਲ ਮੇਰੇ ਤੇ ਕਿਰਪਾ ਕਰ ਮੈਂ ਤੇਰੀ ਦਿੱਤੀ ਹੋਈ ਦਾਤ ਨੂੰ ਆ ਵੀ ਤੇਰੀ ਦਾਤ ਪਿਆਰ ਵਾਲੇ ਹੋ ਅੱਜ ਅਸੀਂ ਬੜੇ ਕਮਜ਼ੋਰ ਹੈ ਇਸ ਗੱਲੋਂ ਧੀਆਂ ਦੀ ਦਾਤ ਮੰਗ ਲਏ ਨੇ ਪੁੱਤਰਾਂ ਦੀ ਦਾਤ ਮੰਗ ਲਏ ਨੇ ਧਨ ਦੌਲਤ ਦੀ ਦਾਤ ਮੰਗ ਲਏ ਨੇ ਕਦੇ ਆਹ ਵੀ ਦਾਤ ਗੁਰੂ ਕੋਲ ਮੰਗੀਏ ਇਹ ਵੀ ਦਾਤ ਹੈ ਸਤਿਗੁਰੂ ਜੀ ਮੈਨੂੰ ਕਿਰਪਾ ਕਰ ਇੱਕ ਇਹੋ ਜਿਹੀ ਦਾਤ ਦੇ ਸਿੱਖੀ ਦੇ ਵਿਹੜੇ ਵਿੱਚ ਕੋਈ ਵੀ ਬੰਦਾ ਕਿਸੇ ਤਰ੍ਹਾਂ ਦਾ ਵੀ ਬਣ ਕੇ ਆਵੇ ਪਰ ਮੈਂ ਤੇਰੀ ਬਖਸ਼ਿਸ਼ ਦਾ ਪੱਲਾ ਕਦੇ ਨਾ ਛੱਡਾਂ ਮੇਰੇ ਤੇ ਇਹੋ ਜਿਹੀ ਰਹਿਮਤ ਕਰੋ ਦਾਤਿਆ ਮੇਰੇ ਤੇ ਇਹੋ ਜਿਹੀ ਬਖਸ਼ਿਸ਼ ਕਰ ਮੈਂ ਤੇਰੇ ਚਰਨਾਂ ਤੋਂ ਵਿਛੜ ਕੇ ਕਦੇ ਨਾ ਜਾਵਾਂ। ਜਿਹੜੀ ਸੁਹਾਗਵਤੀ ਇਸਤਰੀ ਕਿਸੇ ਹੋਰ ਦੀ ਆਸ ਰੱਖਦੀ ਹੈ ਨਾ ਯਾਦ ਰੱਖੋ ਜੇ ਉਹਨੂੰ ਸੁਹਾਗਵਤੀ ਕਹਿਣਾ ਸੁਹਾਗਵਤੀ ਇਸਤਰੀ ਦੀ ਤੁਹੀਨ ਕਰਨ ਦੇ ਬਰਾਬਰ ਹੁੰਦਾ ਹੈ। ਖੈਰ ਇੱਕ ਵੱਖਰੀ ਗੱਲ ਹੈ ਅੱਜ ਮੈਂ ਪੰਧ ਲੰਮਾ ਤੈਅ ਕਰਨਾ ਤਾਂ ਕਰਕੇ ਇਧਰਲੇ ਪਾਸੇ ਮੁੜਨਾ ਚਾਹੁੰਦਾ ਤੇ ਆਖਿਰ ਇਹਨਾਂ ਨੇ ਕੋਸ਼ਿਸ਼ ਕੀਤੀ ਇਹ ਅਰਥ ਕਰਕੇ ਲੋਕਾਂ ਨੂੰ ਗੁਮਰਾਹ ਕਰਨਾ ਕੋਸ਼ਿਸ਼ ਕਰ ਦਿੱਤਾ। ਵਕਤ ਆਇਆ 1838 ਦੇ ਵਿੱਚ ਇਹਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਵਿੱਚ ਬਾਬਾ ਜੈਮਲ ਸਿੰਘ ਇਹ ਵੀ ਫੌਜ ਵਿੱਚੋਂ ਆਏ ਸਨ। ਫੌਜ ਵਿੱਚੋਂ ਵੀ ਗੋਰਿਆਂ ਨੇ ਬਹੁਤ ਕੁਝ ਐਸਾ ਪੈਦਾ ਕੀਤਾ ਪਰ ਸਾਨੂੰ ਪਤਾ ਨਹੀਂ ਇਸ ਗੱਲ ਦਾ। 1899 ਨੂੰ ਇਹਨਾਂ ਨੇ ਬਿਆਸਾ ਦੇ ਵਿੱਚ ਆ ਗਏ ਅੰਮ੍ਰਿਤਸਰ ਸਾਹਿਬ ਦੇ ਲਾਗੇ ਤੇ 1899 ਨੂੰ ਆ ਕੇ 1891 ਨੂੰ ਇਹਨਾਂ ਨੇ ਇੱਕ ਡੇਰੇ ਦੀ ਸਥਾਪਨਾ ਕੀਤੀ। ਇਹ ਇੱਥੇ ਆ ਕੇ ਨਾਮ ਅਭਿਆਸ ਦਾ ਪਖੰਡ ਕਰਨ ਲੱਗ ਪਏ। ਹੋਇਆ ਕਿ ਇਸ ਇਲਾਕੇ ਦੇ ਦੋ ਪਿੰਡ ਬੜੇ ਮਸ਼ਹੂਰ ਸਨ ਬੱਲਾਸਰਾ ਬਲਸਰਾ ਤੇ ਵੜੈਚ। ਇੱਥੋਂ ਦੇ ਕੁਝ ਲੋਕਾਂ ਨੇ ਇਕੱਠੇ ਹੋ ਕੇ
ਇਹ ਸੋਚ ਕੇ ਵੀ ਸ਼ਾਇਦ ਇਹ ਕੋਈ ਨਾਮ ਅਭਿਆਸੀ ਹੈ, ਸ਼ਾਇਦ ਧਰਮ ਦੇ ਰਾਹ ਤੇ ਤੁਰਨ ਵਾਲਾ ਹੈ। ਉਹਨਾਂ ਨੇ ਬਾਬਾ ਜੈਮਲ ਸਿੰਘ ਨੂੰ ਇੱਕ ਸਾਧੂ ਚੰਗਾ ਤੇ ਬਿਰਤੀ ਵਾਲਾ ਸਮਝ ਕੇ ਉਸ ਵੇਲੇ ਸਾਂਝੀ ਪਈ ਜ਼ਮੀਨ ਇਹਨਾਂ ਨਗਰਾਂ ਦੀ ਤੇ ਉਹਦੇ ਵਿੱਚੋਂ 11 ਕਨਾਲਾਂ ਤੇ 16 ਮਰਲੇ ਥਾਂ ਇੱਕ ਧਰਮਸ਼ਾਲਾ ਬਣਾਉਣ ਵਾਸਤੇ ਤੇ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਧਰਮ ਦੀ ਗੱਲ ਕਰਨ ਵਾਸਤੇ ਇਹਨਾਂ ਨੇ ਦੇ ਦਿੱਤੀ ਵੀ ਕੋਈ ਗੱਲ ਨਹੀਂ, ਤੁਸੀਂ ਰੱਬ ਦੀਆਂ ਗੱਲਾਂ ਕਰਨੀਆਂ ਨੇ ਤੇ ਅਸੀਂ ਤੁਹਾਡਾ ਅਦਬ ਸਤਿਕਾਰ ਕਰਾਂਗੇ। ਔਰ ਇਹ ਗੱਲ ਚੇਤੇ ਰੱਖਣ ਵਾਲੀ ਹੈ, 14 June 1897 ਨੂੰ ਬਹੁਤ ਧਿਆਨ ਨਾਲ ਸੁਣਿਓ ਪਿਆਰ ਵਾਲਿਓ, ਮੈਂ ਬੇਨਤੀ ਕਰਨਾ ਚਾਹੁੰਦਾ, ਇਹਨਾਂ ਨੇ 14 June 1897 ਨੂੰ ਉਸ ਜ਼ਮੀਨ ਦੀ ਰਜਿਸਟਰੀ ਕਰਵਾਈ ਜਿਹਦੀ ਰਜਿਸਟਰੀ ਦਾ ਨੰਬਰ ਹੈ 254 ਤੇ ਇਹ ਰਜਿਸਟਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਹੋਈ ਸੀ, ਯਾਦ ਰੱਖਣ ਯੋਗ ਬਾਤ ਹੈ। ਔਰ ਉਸ ਰਜਿਸਟਰੀ ਕਰਾਉਣ ਵਾਲੇ ਉਸ ਵੇਲੇ ਦੇ ਬੰਦੇ ਸਨ, ਲਾਲੂ ਨੰਬਰਦਾਰ ਸੀ ਤੇ ਇਹਨਾਂ ਪਿੰਡਾਂ ਵਿੱਚੋਂ ਮਹਤਾਬ ਸਿੰਘ, ਭਾਨ ਸਿੰਘ, ਬੂੜ ਸਿੰਘ, ਛੇਰ ਸਿੰਘ, ਗੁਰਦਿੱਤ ਸਿੰਘ, ਇਹ ਉਸ ਵੇਲੇ ਇਹਨਾਂ ਨੇ ਜਾ ਕੇ ਰਜਿਸਟਰੀ ਕਰਵਾਈ ਤੇ ਇਹ ਜ਼ਮੀਨ ਦਿੱਤੀ। ਵਕਤ ਆਇਆ ਇਹਨਾਂ ਦੇ ਵਿੱਚੋਂ ਵੀ ਇਹ ਗੱਲ ਜਿਹੜੀ ਸੀ ਉਹ ਗੁਰਮਤ ਤੋਂ ਬਿਲਕੁਲ ਉਲਟ ਹੁੰਦੀ ਚਲੇਗੀ। 905 ਦੇ ਵਿੱਚ ਇਹ ਇੱਕ ਵਾਰੀ ਫੇਰ ਦੁਬਾਰੇ ਗੱਲ ਹੋਈ ਤੇ ਜਿਹੜੇ ਅਗਲਿਆਂ ਦੇ ਨਾਂ ਤੇ ਇੰਤਕਾਲ ਚੱਲਦੇ ਸਨ ਉਹ ਇੰਤਕਾਲ ਦੇ ਵਿੱਚ 536 ਨੰਬਰ ਹੈ। ਔਰ ਹੈਰਾਨੀ ਦੀ ਗੱਲ ਹੈ, ਜ਼ਮੀਨ ਹੁਣ ਤੱਕ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਬੋਲਦੀ ਸੀ। 1954 ਦੇ ਵਿੱਚ ਬੱਲਾ ਸਰਾਂ ਤੇ ਸਾਧੂ ਸਿੰਘ ਨੇ, ਬੱਲਾ ਸਰਾਂ ਦੇ ਨਗਰ ਦੇ ਸਾਧੂ ਸਿੰਘ ਤੇ ਤੇਜਾ ਸਿੰਘ ਨੇ, ਦਰਸ਼ਨ ਸਿੰਘ ਨੇ, ਗੁਰਦਾਸ ਮੱਲ ਨੇ, ਇਹਨਾਂ ਨੇ ਇਕੱਠੇ ਹੋ ਕੇ ਇਹ ਕੋਸ਼ਿਸ਼ ਕੀਤੀ। ਜਦੋਂ ਇਹ ਗੁਰਮਤ ਦੇ ਸਿਧਾਂਤਾਂ ਤੋਂ ਉਲਟ ਹੋ ਗਏ, ਕਿਉਂਕਿ ਵਕਤ ਆਇਆ ਇਹ ਜਿਹੜੇ ਵੀ ਦਾਸ ਨੇ ਇੱਕ ਬਹੁਤ ਪਿੱਛੇ ਬੇਨਤੀ ਕੀਤੀ ਸੀ, ਜਿਹੜਾ ਸ਼ਿਕਾਰੀ ਹੈ ਨਾ ਉਹ ਬੜਾ ਚਲਾਕ ਹੁੰਦਾ, ਸ਼ਿਕਾਰੀ ਜਾਲ ਹਮੇਸ਼ਾ ਆਪਣੀ ਮਰਜ਼ੀ ਦਾ ਪਾਉਂਦਾ, ਪਰ ਚੋਗਾ ਕੋਈ ਵੀ ਸ਼ਿਕਾਰੀ ਆਪਣੀ ਮਰਜ਼ੀ ਦਾ ਨਹੀਂ ਪਾਉਂਦਾ, ਚੋਗਾ ਹਮੇਸ਼ਾ ਉਸ ਪੰਛੀ ਦੀ ਮਰਜ਼ੀ ਦਾ ਪਾਇਆ ਜਾਂਦਾ। ਇਸੇ ਤਰ੍ਹਾਂ ਇਹ ਜਿਤਨੀਆਂ ਵੀ ਸੰਪਰਦਾਵਾਂ ਸ਼ੁਰੂ ਹੋਈਆਂ ਸਨ ਇਹਨਾਂ ਨੇ ਚੋਗਾ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਹੀ ਪਾਇਆ, ਜਦੋਂ ਵੀ ਇਹਨੇ ਕੁਛ ਕੀਤੀ ਚੋਗਾ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਹੀ ਪਾਇਆ, ਪਰ ਇਹਨਾਂ ਪਾਪੀਆਂ ਨੇ ਜਾਲ ਆਪਣੇ ਵਿਛਾਏ ਨੇ ਤੇ ਆਪਣੇ ਜਾਲ ਵਿੱਚ ਫਾ ਲੈਂਦੇ ਸਨ। ਵਕਤ ਪਾ ਕੇ ਇਹਨਾਂ ਨੇ ਵੀ ਪਹਿਲਾਂ ਇਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਪ੍ਰਕਾਸ਼ ਕਰਿਆ ਕਰਦੇ ਸਨ ਸਤਿਗੁਰੂ ਜੀ ਦੇ ਸਰੂਪ ਦਾ। ਵਕਤ ਆਇਆ ਉਸ ਦੀ ਬਜਾਏ ਇਹਨਾਂ ਨੇ ਪੋਥੀ ਲੈ ਕੇ ਕਥਾ ਕਰਨੀ ਸ਼ੁਰੂ ਕਰ ਦਿੱਤੀ, ਪੋਥੀ ਤੋਂ ਬਾਅਦ ਵਿੱਚ ਸ਼ਬਦ ਯਾਦ ਕਰਕੇ ਫਿਰ ਕਥਾ ਸ਼ੁਰੂ ਕਰ ਦਿੱਤੀ। ਉਸ ਸ਼ਬਦ ਤੋਂ ਵੀ ਬਾਅਦ ਵਿੱਚ ਇਹਨਾਂ ਨੇ ਬਾਕੀ ਜਿਹੜੇ ਅਖੋਤੀ ਆਪਣੇ ਮਹਾਂਪੁਰਖ ਹੋਏ ਨੇ ਜਾਂ ਉਹਨਾਂ ਦੇ ਹੋਏ ਨੇ ਜਾਂ ਇਹਨਾਂ ਦੀ ਵੀ ਕਿਤਾਬ ਲਿਖੀ ਗਈ ਸੰਸਾਰ ਬਚਨ, ਉਹਨਾਂ ਦਾ ਸਹਾਰਾ ਲੈ ਕੇ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ। ਆਖਿਰਕਾਰ ਇਹ ਵੀ ਇੱਕ ਦਿਨ ਬਿਲਕੁਲ ਵਿਰੋਧਤਾ ਵਿੱਚ ਖਲੋ ਗਏ ਤੇ ਇਸ ਨਗਰ ਦੇ ਲੋਕਾਂ ਨੇ ਇਹ ਵਿਚਾਰ ਆਪਣੇ ਮਨ ਵਿੱਚ ਤੜਫ ਪੈਦਾ ਕੀਤੀ ਵੀ ਅਸੀਂ ਤਾਂ ਇੱਕ ਚੰਗਾ ਕੰਮ ਕਰਨ ਦੀ ਬਜਾਏ ਮਾੜਾ ਕੰਮ ਕਰ ਬੈਠੇ ਹਾਂ, ਸਿੱਖੀ ਦੇ ਰਾਹ ਵਿੱਚ ਇਤਨੇ ਕੰਡੇ ਖਿਲਾਰ ਬੈਠੇ ਹੈ ਜਿਹਦਾ ਕਾਰਨ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਅੰਦਰ ਇਹ ਬੜਾ ਦੁੱਖ ਸੰਤਾਪ ਭੋਗਣਾ ਪਏਗਾ। ਉਹਨਾਂ ਨੇ ਕੇਸ ਕਰ ਦਿੱਤਾ ਵੀ ਇਹ ਅਸੀਂ ਥਾਂ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਪ੍ਰਚਾਰ ਵਾਸਤੇ ਦਿੱਤੀ ਸੀ, ਪਰ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਗੱਲ ਨਹੀਂ ਹੈ, ਉਹਨਾਂ ਸਿਧਾਂਤਾਂ ਦੀ ਕੋਈ ਗੱਲ ਨਹੀਂ ਹੈ, ਜਿਹਦਾ ਕਾਰਨ ਕਿ ਇਹਨਾਂ ਲੋਕਾਂ ਨੇ 1954 ਦੇ ਵਿੱਚ ਇਕੱਠੇ ਹੋ ਕੇ ਬਲਸਰਾਂ ਦੇ ਨਗਰ ਦੇ ਲੋਕਾਂ ਨੇ ਸਾਧੂ ਸਿੰਘ, ਤੇਜਾ ਸਿੰਘ, ਦਰਸ਼ਨ ਸਿੰਘ ਅਤੇ ਗੁਰਦਾਸ ਮੱਲ ਇਹਨਾਂ ਨੇ ਇਕੱਠੇ ਹੋ ਕੇ ਸੀਨੀਅਰ ਸਬ ਜੱਜ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਕੇਸ ਪਾ ਦਿੱਤਾ ਵੀ ਇਹ ਜੋ ਕੁਝ ਹੋ ਰਿਹਾ ਇਹ ਗੁਰਮਤ ਤੋਂ ਉਲਟ ਹੋ ਰਿਹਾ ਤੇ ਅਸੀਂ ਇਹ ਗੁਰਮਤ ਹੀ ਸਾਰਾ ਕੁਝ ਕੀਤਾ ਸੀ, ਜਦੋਂ ਗੁਰਮਤੀ ਨਹੀਂ ਹੈ ਤੇ ਫਿਰ ਸਾਨੂੰ ਇਹ ਜਿਹੜੀ ਜ਼ਮੀਨ ਹੈ ਉਹ ਵਾਪਸ ਦੇ ਦੇਣੀ ਚਾਹੀਦੀ ਹੈ, ਅਸੀਂ ਇੱਥੇ ਇਹੋ ਜਿਹਾ ਕੁਝ ਨਹੀਂ ਕਰਨਾ ਚਾਹੁੰਦੇ। ਪਰ ਖੈਰ 24 June 1954 ਨੂੰ ਚਰਨ ਸਿੰਘ ਨੇ ਇਹਦੇ ਵਿੱਚ ਜਵਾਬੀ ਜਵਾਬ ਦਿੱਤਾ, ਅਦਾਲਤ ਵਿੱਚ ਜਵਾਬ ਦਿੱਤਾ, ਕਿਉਂਕਿ ਉਸ ਵੇਲੇ ਚਰਨ ਸਿੰਘ ਬੈਠ ਚੁੱਕੇ ਹੋਏ ਸਨ ਗੱਦੀ ਦੇ। ਉਹਨਾਂ ਨੇ ਜਵਾਬ ਦਿੱਤਾ ਭਾਈ ਗੁਰੂ ਗ੍ਰੰਥ ਸਾਹਿਬ ਅਸਲ ਵਿੱਚ ਸਾਡਾ ਗੁਰੂ ਹੀ ਨਹੀਂ ਹੈ, ਅਸੀਂ ਉਹ ਬੀੜ ਉੱਥੋਂ ਚੁੱਕ ਦਿੱਤੀ ਹੋਈ ਹੈ, ਹੁਣ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਲੈਣ ਦੇਣ ਨਹੀਂ ਹੈ। ਉਹ ਅੱਖਾਂ ਤੋਂ ਅੰਨੇ ਹੋਏ ਲੋਕੋ, ਇਸ ਗੱਲ ਨੂੰ ਵਿਚਾਰੋ, ਬਾਰ ਬਾਰ ਵਿਚਾਰੋ, ਦਾਸ ਤੁਹਾਨੂੰ ਇਤਿਹਾਸਕ ਪੰਨਿਆਂ ਵਿੱਚੋਂ ਬੇਨਤੀਆਂ ਕਰਦੇ ਆ। ਉਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਸਾਡਾ ਕੋਈ ਸੰਬੰਧ ਨਹੀਂ, ਨਾ ਉਹ ਸਾਡਾ ਇਸ਼ਟ ਹੈ ਨਾ ਹੀ ਸਾਡਾ ਗੁਰੂ ਹੈ, ਸਾਡੀ ਇੱਕ ਆਪਣੀ ਵੱਖਰੀ ਵਿਚਾਰਧਾਰਾ। ਆਖਿਰਕਾਰ ਇਹਨਾਂ ਨੇ ਫਿਰ ਦੁਬਾਰੇ ਕੇਸ ਪਾਇਆ ਹਾਈ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ ਤੇਜਾ ਸਿੰਘ ਨੂੰ, ਸਾਧੂ ਸਿੰਘ ਹੋਰਾਂ ਨੂੰ, ਭਾਵੇਂ ਇਹਨਾਂ ਦੇ ਪੱਖ ਵਿੱਚ ਫੈਸਲਾ ਹੋ ਚੁੱਕਾ ਹੋਇਆ ਸੀ, ਪਰ ਇੱਕ ਵੱਡੀ ਮੁਸ਼ਕਲ ਇਹ ਬਣ ਗਈ ਉਹਨਾਂ ਦੇ ਨਾਲ, ਇਹਨੇ ਨਾਲ ਲੱਗਦੀ 30 ਏਕੜ ਜ਼ਮੀਨ ਹੋਰ ਬਣਾ ਲਈ ਸੀ ਉਦੋਂ।
ਉਹ 30 ਏਕੜ ਵਾਲਾ ਕਾਨੂੰਨ ਲਾਗੂ ਹੋ ਜਾਣ ਕਰਕੇ ਇਹ ਵਾਪਸ ਨਹੀਂ ਕਰਵਾ ਸਕੇ ਤੇ ਉਹ ਡੇਰਾ ਉਵੇਂ ਚੱਲਦਾ ਰਿਹਾ। ਕਹਿਣ ਤੋਂ ਮੁਰਾਦ ਇਹ ਸਿੱਖੀ ਦੇ ਸਿਧਾਂਤਾਂ ਨੂੰ ਠੋਕਰ ਮਾਰ ਕੇ ਸਿੱਖੀ ਦੀ ਬੁੱਕਲ ਵਿੱਚੋਂ ਹੀ ਜਨਮ ਲੈ ਕੇ ਸਿੱਖੀ ਦੇ ਸ਼ਰੀਕ ਬਣ ਕੇ ਬੈਠੇ ਹੋਏ ਨੇ ਔਰ ਸਿੱਖ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਵੀ ਇਹਨਾਂ ਨੇ ਸ਼ੁਰੂਆਤੀ ਦੌਰ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਗੱਲਾਂ ਲੈ ਕੇ ਸ਼ੁਰੂ ਕੀਤੀਆਂ ਸਨ, ਅੱਜ ਇਹ ਵੱਖਰੇ ਤੌਰ ਤੇ ਸ਼ਰੀਕ ਬਣੇ ਬੈਠੇ ਨੇ। ਇਹ ਜਿਹੜੀ ਵਿਚਾਰ ਦਾਸ ਨੇ ਆਪ ਜੀ ਨਾਲ ਸਾਂਝੀ ਕੀਤੀ ਹੈ, ਜੇ ਕਿਸੇ ਨੇ ਇਹ ਸਾਰੇ ਨੰਬਰ ਦੇਖਣੇ ਹੋਣ ਤਾਂ ਸ਼ਬਦ ਗੁਰੂ ਦੇਹ ਧਾਰੀ ਗੁਰੂ ਡੰਮ ਸਿੱਖ ਮਿਸ਼ਨਰੀ ਕਾਲਜ ਦਾ ਇੱਕ ਛਪਿਆ ਹੋਇਆ ਟ੍ਰੈਕਟ ਹੈ, ਬਹੁਤ ਅੱਛੀ ਕਿਤਾਬ ਹੈ, ਉਹਨੂੰ ਪੜ੍ਹਨਾ ਚਾਹੀਦਾ ਤੇ ਉਹਦੇ ਵਿੱਚ ਇਹ ਲਹਿਰ ਦਾ ਜ਼ਿਕਰ ਕੀਤਾ ਹੋਇਆ ਦਾਸ ਨੇ ਉੱਥੋਂ ਤੁਹਾਡੇ ਨਾਲ ਸਾਂਝ ਕੀਤੀ ਹੈ। ਕੁਝ ਖੁਸ਼ਵੰਤ ਸਿੰਘ ਦੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ। ਇਸ ਤਰ੍ਹਾਂ ਇਹਨਾਂ ਸਾਰੇ ਪਾਪੀਆਂ ਨੇ ਆਪਣੇ ਵਕਤ ਵਕਤ ਦੇ ਨਾਲ ਇਹਨਾਂ ਸਿੱਖੀ ਦੀਆਂ ਲਹਿਰਾਂ ਨੂੰ ਨਕਲੀ ਨਹਿਰਾਂ ਬਣਾ ਕੇ ਇਸ ਤਰ੍ਹਾਂ ਪੇਸ਼ ਕੀਤਾ ਜਿਹਦੇ ਨਾਲ ਇਹਨਾਂ ਨੇ ਸਿੱਖੀ ਦੇ ਉਜਾੜੇ ਵਿੱਚ ਰੱਜ ਕੇ ਵਾਧਾ ਪਾਇਆ। ਕੱਲ ਸਿੱਖੀ ਦੇ ਟੁਕੜਾਂ ਤੇ ਪਲ ਕੇ ਕੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਾਰਾ ਲੈ ਕੇ ਮੁੜ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਇਹਨਾਂ ਨੇ ਇਹੋ ਜਿਹੇ ਕੁਕਰਮ ਕੀਤੇ ਨੇ ਜਿਹਦਾ ਕਾਰਨ ਕੀ ਬਣਿਆ, ਆਉਣ ਵਾਲੇ ਸਮੇਂ ਦੇ ਅੰਦਰ ਦੇਹਧਾਰੀ ਗੁਰੂ ਡੰਮ ਪੈਦਾ ਕਰਕੇ ਸ਼ਬਦ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਜਿਹੜੇ ਸਿਧਾਂਤ ਨੂੰ ਲੈ ਕੇ ਆਏ ਸਨ ਗੁਰੂ ਗੋਬਿੰਦ ਸਿੰਘ ਜੀ ਤੱਕ, ਉਸ ਸਿਧਾਂਤ ਨੂੰ ਇਹਨਾਂ ਲੋਕਾਂ ਨੇ ਕਤਲ ਕਰਨ ਵਿੱਚ ਕੋਈ ਕਮੀ ਨਾ ਛੱਡੀ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਿਧਾਂਤਾਂ ਦਾ ਕਤਲ ਕਰਕੇ ਰੱਖ ਦਿੱਤਾ। ਅੱਜ ਜ਼ਰੂਰਤ ਹੈ ਅਸੀਂ ਆਪਣੀ ਅੱਖ ਖੋਲ ਕੇ ਉਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਤੇ ਭਰੋਸਾ ਕਰੀਏ, ਸਿੱਖੀ ਦੇ ਵਿੱਚ ਭਰੋਸਾ ਕਰੀਏ ਤਾਂ ਕਿ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਵਿਚਾਰ ਮੰਨ ਸਕੀਏ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ। ਤੁਹਾਡੇ ਕੋਲ ਅਰਦਾਸ ਇੱਕੋ ਇੱਕ ਆਸ ਰੱਖਦਾ, ਵਾਰ ਵਾਰ ਇੱਕੋ ਇੱਕ ਆਸ ਰੱਖਦਾ ਪਿਆਰ ਵਾਲਿਓ। ਚਲੋ ਬਾਕੀਆਂ ਤੇ ਕੀ ਗੱਲਾਂ ਕਰਨਾ, ਦੁਸ਼ਮਣਾਂ ਤੇ ਕੀ ਗੱਲਾਂ, ਇਹ ਪਾਤਸ਼ਾਹ ਦੇ ਪਾਤਸ਼ਾਹ ਵੇਚ ਦਿੱਤੀਆਂ ਤੇਰੀਆਂ ਸਰਦਾਰਾਂ ਖੁਦ ਸਰਦਾਰੀਆਂ। ਆਪਾਂ ਤਾਂ ਆਪਣੇ ਆਪ ਨੂੰ ਸੰਭਾਲੀਏ, ਆਪਣਾ ਘਰ ਮਜ਼ਬੂਤ ਹੋਇਆ ਤਾਂ ਪਿਆਰਿਓ ਇਹੋ ਜਿਹੇ ਜਿਤਨੇ ਮਰਜ਼ੀ ਹੱਲੇ ਵੀ ਹੋਣ ਇੱਕ ਦਿਨ ਅਸੀਂ ਬਰਕਰਾਰ ਰਵਾਂਗੇ। ਇਹ ਇਹਨਾਂ ਦੀਆਂ ਗੱਦੀਆਂ ਤਾਂ ਵਧਦੀਆਂ ਜਾਂਦੀਆਂ ਨੇ ਪਰ ਸਿੱਖੀ ਦੇ ਸਿਧਾਂਤ ਜਾਂ ਸਿੱਖੀ ਦੀ ਮਰਿਆਦਾ ਜਾਂ ਸਿੱਖ ਹੀ ਅੱਜ ਸਿੱਖੀ ਨੂੰ ਕਮਜ਼ੋਰ ਕਰਨ ਤੇ ਲੱਗਿਆ ਹੋਇਆ। ਜਾਗੀਏ ਪਿਆਰਿਓ, ਜਾਗੀਏ, ਇਹ ਸਿੱਖੀ ਬੜੀ ਔਖੀ ਸਤਿਗੁਰੂ ਜੀ ਨੇ ਸਾਨੂੰ ਦਿੱਤੀ ਸੀ ਤੇ ਇਹਦੇ ਧਾਰਨੀ ਹੋਈਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਫਿਰ ਸਾਡਾ ਜੀਵਨ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੇ, ਹੋਈਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ। ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।